ਤੁਸੀਂ ਅਕਸਰ ਕਹਿੰਦੇ ਹੋ ਕਿ ਤੁਸੀਂ ਡਿਪਾਰਟਮੈਂਟ ਦਾ ਬਹੁਤ ਸਾਰਾ ਕੋਡ ਦੇਖਿਆ ਇਹਨੇ ਸਾਲ ਸਰਵਿਸ ਕੀਤੀ ਹੈ ਤੇ ਆਸ਼ੀਸ਼ ਕਪੂਰ ਦੀ ਗ੍ਰਿਫਤਾਰੀ ਹੋਈ ਹੈ ਉਸ ਤੇ ਵਿਜੀਲੈਂਸ ਐਕਟ ਕਰ ਰਹੀ ਹੈ ਇਸ ਸਾਰੇ ਅਮਲ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਕਰਪਸ਼ਨ ਇੱਕ ਅੰਗ ਬਣ ਚੁੱਕੀ ਸਾਡੇ ਸਿਸਟਮ ਦਾ ਜੀ ਉਹਦੇ ਵਿੱਚ ਪੁਲਿਸ ਵੀ ਹੈਗੀ ਪਹਿਲਾਂ ਇਹਨਾਂ ਚੀਜ਼ਾਂ ਦੇ ਵਿੱਚ ਥੱਲੇ ਵਾਲੇ ਅਫਸਰਾਂ ਨੂੰ ਇਨਵੋਲਵ ਕੀਤਾ ਜਾਂਦਾ ਸੀ ਵੱਧ ਤੋਂ ਵੱਧ ਇੰਸਪੈਕਟਰ SHO ਤੱਕ ਦੀ ਹੁੰਦੀ ਸੀ ਸਾਡੇ ਵਰਗਿਆਂ ਤੋਂ ਇਹ DSP ਤੇ ਸਟਾਰਟ ਹੋਏ ਆ ਜੀ ਉਹਦਾ ਮੈਂ ਵਿਕਟਮ ਹਾਂ ਇੱਥੇ ਤੋਂ ਪਹਿਲਾਂ ਸ਼ਹਿਰ ਜਿਵੇਂ ਜਿਵੇਂ ਇਹ ਉੱਪਰ ਨੂੰ ਅੱਗੇ ਜਾ ਰਿਹਾ ਤੇ ਇੱਕ ਚੰਗੀ ਰੁਝਾਨ ਵਜੋਂ ਵੇਖਿਆ ਜਾਊਗਾ ਇਹਦੇ ਵਿੱਚ ਕੁਝ ਚੀਜ਼ਾਂ ਉਹ ਸਾਹਮਣੇ ਆਉਣਗੀਆਂ ਜਿਹੜੀਆਂ ਹੁਣ ਤੱਕ ਦਬਾ ਲਈਆਂ ਜਾਂਦੀਆਂ ਸੀ ਹੁਣ ਇਸ ਲੈਵਲ ਦਾ ਜੇ ਅਫਸਰ ਫਸਿਆ ਤਾਂ ਉਹ ਫਿਰ ਉਹਨਾਂ ਦੇ ਨਾਮ ਲਓਗੇ ਜਿਹੜੇ ਉੱਪਰਲੇ ਪਾਸੇ ਵੀ ਬੈਠੇ ਜਿਹੜੇ ਅੱਗੋਂ ਪੋਲੀਟੀਕਲ ਆਕਾਂ ਨੇ ਜਿਹਦੇ ਥਰੂ ਇਹ ਕੰਮ ਕਰਵਾਇਆ ਜਾਂਦਾ ਤੁਹਾਨੂੰ ਲੱਗਦਾ ਕਿ ਵਿਜੀਲੈਂਸ ਉੱਥੇ ਤੱਕ ਹੁਣ ਪਹੁੰਚ ਰਹੀ ਹੈ ਜਾਂ ਉਸ ਪੱਖ ਤੋਂ ਵਿਜੀਲੈਂਸ ਦਾ ਜਾਂ ਇਸ ਸਰਕਾਰ ਦਾ ਕੰਮ ਤੁਸੀਂ ਕਿੱਦਾਂ ਦੇਖਦੇ ਹੋ ਸ਼ੁਰੂ ਕਰਨ ਦਾ ਮਤਲਬ ਹੁੰਦਾ ਇਹਨੂੰ ਸਿਰੇ ਲਾਉਣਾ ਬਿਲਕੁਲ ਇਹਦੇ ਉੱਤੇ ਅੱਗੇ ਜਾ ਕੇ ਕਿੰਨੀਆਂ ਉਹ ਹੈਗੀਆਂ ਇਨਵੈਸਟੀਗੇਸ਼ਨ ਪੂਰੀ ਦੀ ਪੂਰੀ ਰਹਿੰਦੀ ਹੈ ਫਿਰ ਅੱਗੇ ਕੋਰਟਾਂ ਦਾ ਪਾਠ ਸ਼ੁਰੂ ਹੋ ਗਿਆ ਇੱਥੇ ਤਾਂ ਜਿਹੜੇ ਹਾਈ ਕੋਰਟ ਜਿਹੜੇ ਮਹਾਂਪੁਰਸ਼ ਬੈਠੇ ਉਹਨਾਂ ਦਾ ਤਾਂ ਕਹਿਣੇ ਕੀ ਅੰਤਰੀਕ ਤਾਂ ਮੈਂ ਬਥੇਰੀ ਅੱਗੇ ਕਰਦਾ ਰਹਿੰਦਾ ਆਸ਼ੂ ਦੀ ਜ਼ਮਾਨਤ ਜਿਹੜੀ ਲੱਗੀ ਹੋਈ ਇਹਦੇ ਬਾਰੇ ਮੈਂ ਕਾਫੀ ਗੱਲ ਕੀਤੀ ਹੋਈ ਹੈ ਤਾਂ ਜਦੋਂ ਤੁਸੀਂ ਪ੍ਰਤੂਸ਼ਣ ਦਾ ਆਸ਼ੂ ਦਾ ਜ਼ਿਕਰ ਕੀਤਾ ਉਹਨਾਂ ਦੀ ਜ਼ਮਾਨਤ ਦਾ ਜ਼ਿਕਰ ਕੀਤਾ ਤੇ ਪਹਿਲੀ ਗੱਲ ਜਿਹੜਾ ਤੁਹਾਡਾ ਉਹਨਾਂ ਦੇ ਖਿਲਾਫ ਜਿੰਨਾ ਵੀ ਕੁਰਸੇਡ ਚੱਲ ਰਿਹਾ ਉਹਦੇ ਜੀ ਪਰਸਨਲ ਜਿਹੜੀ ਤੁਹਾਡੀ ਐਨੀਮਿਟੀ ਹੈ ਜਾਂ ਤੁਹਾਡਾ ਐਕਸਪੀਰੀਅੰਸ ਉਹ ਜ਼ਿਆਦਾ ਹੈ ਜਾਂ ਜਿਹੜੀ ਤੁਹਾਡੀ ਕਨਵਿਕਸ਼ਨ ਹੈ ਵੈਲਿਊ ਸਿਸਟਮ ਦੇ ਲੈਵਲ ਤੇ ਉਹਦਾ ਪੱਖ ਪੜ ਦੋਨੋਂ ਇਹ ਆਪਣੀ ਬਦਤਮੀਜ਼ੀ ਕਰਕੇ ਜ਼ਿਆਦਾ ਪਹਿਲਾਂ ਟਾਰਗੇਟ ਹੋਇਆ ਤੇ ਅਦਰਵਾਈਜ਼ ਕਨਵਿਕਸ਼ਨ ਦੀ ਜਿਹੜੀ ਗੱਲ ਹੈਗੀ ਉਹ ਤਾਂ ਹੁਣ ਦੇਖੋ ਜਦੋਂ ਤੁਹਾਡੇ ਕੋਲ ਆਪਸ਼ਨ ਹੀ ਕੋਈ ਨਹੀਂ ਤੇ ਕਨਵਿਕਸ਼ਨ ਤਾਂ ਫਿਰ ਆਪੇ ਹੀ ਹੈ ਜਾਂ ਤਾਂ ਮੈਂ ਘਰ ਬੈਠ ਜਾਵਾਂ ਗੋਡੇ ਟੇਕ ਲਵਾਂ ਉਹ ਪਹਿਲਾਂ ਆਪਸ਼ਨ ਸੀਗੀਆਂ ਕਰ ਸਕਦੇ ਸੀ ਉਦੋਂ ਨਹੀਂ ਕੀਤੀ ਉਦੋਂ ਬਾਅਦ ਫਿਰ ਰਸਤੇ ਹੀ ਬੰਦ ਹੋ ਜਾਂਦੇ ਨਾ ਉਦੋਂ ਬਾਅਦ ਤੁਸੀਂ ਮਤਲਬ ਫਿਰ ਕਈ ਕੋਈ ਕੁਝ ਰਸਤੇ ਆ ਤੁਸੀਂ ਵਾਪਸ ਨਹੀਂ ਜਾ ਸਕਦੇ ਹੁਣ ਪੰਜਾਬ ਦੇ AG ਜਿਹੜੀ ਕਾਰਗੁਜ਼ਾਰੀ ਹੈ ਪੂਰੇ ਆਫਿਸ ਦੀ ਨਾਟ ਅ ਪਰਸਨ ਓਨਲੀ ਪੂਰਾ ਜਿਹੜਾ AG ਆਫਿਸ ਹੈ ਵੱਡਾ ਆਫਿਸ ਹੁੰਦਾ ਤੁਸੀਂ ਉਹਦੀ ਹੁਣ ਤੱਕ ਦੀ ਕਾਰਗੁਜ਼ਾਰੀ ਕਿੱਦਾਂ ਦੇਖਦੇ ਹੋ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਨਾਮ ਲਿਆ ਸੀ ਕੈਪਟਨ ਵੇਲੇ ਉਹ ਅਤੁਲ ਨੰਦਾ ਸੀ ਉਹਦੇ ਤਾਂ ਜ਼ਿਕਰ ਹੀ ਨਾ ਕਰੀਏ ਮਤਲਬ ਕਿਰਦਾਰਾਂ ਤੋਂ ਥੱਲੇ ਗਿਰੇ ਹੋਏ ਲੋਕ ਸੀ ਜਿਨ੍ਹਾਂ ਨੇ ਮੱਥੇ 'ਚ ਲਿਖਿਆ ਹੋਇਆ ਸੀ ਅਸੀਂ ਕੁਰਸੀਆਂ 'ਤੇ ਬੈਠੇ ਫਿਰ ਗਾ ਇਹ ਵਿਨੋਦ ਗਈ ਜਿਹੜਾ ਮਹਾਂਪੁਰਸ਼ ਹੈਗਾ ਇਹਨੇ ਤਾਂ ਕਿਸੇ ਚੰਗੇ ਬੰਦੇ ਦਾ ਕਦੇ ਕੇਸ ਹੀ ਨਹੀਂ ਲਿਆ ਜਿਹੜਾ ਬੰਦਾ ਵੀ ਉੱਥੇ ਫਸਦਾ ਮਜੀਠੀਆ ਪਹਿਲਾਂ ਜਮਾਨਤ ਹੋਈ ਉਹਦਾ ਵਕੀਲ ਸੀ ਆਸ਼ੂ ਦੀ ਹੁਣ ਲੱਗੀ ਹੋਈ ਹੈ ਉਹਦਾ ਵਕੀਲ ਬੈਂਸਾ ਦੀ ਹੁਣ ਲੱਗੀ ਹੋਈ ਹੈ ਉਹਦਾ ਵਕੀਲ ਰਾਮ ਰਹੀਮ ਦਾ ਇਹ ਵਕੀਲ ਜੇ ਇਹਨਾਂ ਕੇਸਾਂ 'ਚ ਅਪੀਲ ਹੀ ਨਹੀਂ ਹੋ ਸਕਦਾ AG ਤਾਂ ਫਿਰ ਇਹੋ ਜਿਹੀ AG ਨੂੰ ਲਾਉਣ ਦੀ ਲੋੜ ਕੀ ਸੀ ਯੂਨੀਫਾਰਮ ਕੈਦ ਹੁੰਦੀ ਹੈ ਮੈਂ ਤਾਂ ਬੋਲ ਰਿਹਾ ਕਿ ਮੇਰੇ ਕੋਲ ਕੈਦ ਤੋਂ ਬਾਹਰ ਹੈ ਮੈਂ ਨਹੀਂ ਪਰ ਹੁਣ ਜੇਲ੍ਹ ਜਦੋਂ ਕੈਦ ਮੁੱਕ ਜੂਗੀ ਤਾਂ ਤੁਸੀਂ ਕੀ ਸਮਝਦੇ ਹੋ ਸਿਆਸੀ ਭਵਿੱਖ ਕੀ ਹੈ ਪੰਜਾਬ ਦੇਖੋ ਪੰਜਾਬ ਨੂੰ ਬੜੀ 4-5 ਮਹੀਨਿਆਂ ਤੋਂ ਇੱਕ ਨੋਇਜ਼ ਪੋਲਿਊਸ਼ਨ ਤੋਂ ਸ਼ਾਂਤੀ ਮਿਲੀ ਹੋਈ ਹੈ ਠੀਕ ਹੈ ਜਿੱਦਾਂ ਦਾ ਉਹ ਅੰਦਰ ਹੋਇਆ ਲੋਕ ਥੋੜ੍ਹੇ ਜਿਹੇ ਜਿਹੜਾ ਉਹ ਸਾਰੇ ਦਿਨ ਦੀ ਉਹਦੀ ਜੋ ਬਕ ਬਕ ਸੀਗੀ ਲੋਕਾਂ ਨੂੰ ਸੁਣਨੀ ਪੈਂਦੀ ਸੀਗੀ ਉਹ ਤੋਂ ਬੜੀ ਸ਼ਾਂਤੀ ਹੈਗੀ ਐਨਜ਼ਡ ਪੰਜਾਬੀ ਨਿਊਜ਼ 'ਤੇ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮਸ਼ੀਰ ਸਿੰਘ ਪੰਜਾਬ ਦੀ ਸਿਆਸੀ ਸਤਲ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਾਪਰ ਰਹੀਆਂ ਨੇ ਵਿਜੀਲੈਂਸ ਐਕਟਿਵ ਹੋਈ ਹੋਈ ਹੈ ਅਤੇ ਪੰਜਾਬ ਦੇ ਸਾਬਕਾ IG ਆਸ਼ੀਸ਼ ਕਪੂਰ ਜਿਹੜੇ ਨੇ ਉਹ ਵਿਜੀਲੈਂਸ ਦੇ ਵੱਲੋਂ ਫੜੇ ਗਏ ਨੇ ਰਿਸ਼ਵਤਖੋਰੀ ਦਾ ਇਲਜ਼ਾਮ ਲੱਗਿਆ ਇਸ ਦੇ ਨਾਲ ਹੀ ਪੰਜਾਬ ਦੇ ਬਹੁਤ ਸਾਰੇ ਜਿਹੜੇ ਵਿਧਾਇਕ ਨੇ ਮੰਤਰੀ ਨੇ ਉਹਨਾਂ 'ਤੇ ਸਵਾਲ ਉੱਠ ਰਹੇ ਆ ਇਸ ਦੇ ਨਾਲ ਹੀ ਪੰਜਾਬ ਦੀ ਜਿਹੜੀ ਕਾਂਗਰਸ ਆ ਉਹ ਵਿਧਾਨ ਸਭਾ ਸੈਸ਼ਨ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਮਾਮਲੇ ਦੇ ਵਿੱਚ ਜੋ ਸਰਕਾਰ ਦੀ ਨਾਕਿਸ਼ ਕਾਰਗੁਜ਼ਾਰੀ ਹੈ ਉਸ ਦੇ ਬਾਰੇ ਸਵਾਲ ਉਠਾਏ ਜਾ ਰਹੇ ਨੇ ਜਿਹੜੇ ਮੰਤਰੀ ਰਹੇ ਨੇ ਪ੍ਰਤਭੂਸ਼ਣ ਆਸ਼ੂ ਉਹਨਾਂ ਦੇ ਮਾਮਲੇ ਦੇ ਵਿੱਚ ਵੀ ਜਿਹੜੀ ਪੁੱਛਗਿੱਛ ਹੈ ਚੰਡੀਗੜ੍ਹ ਦੇ ਵਿੱਚ ਅਧਿਕਾਰੀਆਂ ਤੋਂ ਹੋਈ ਹੈ ਵਿਭਾਗ ਦੇ ਜਿਹੜਾ ਵਿਭਾਗ ਉਹ ਹੈੱਡ ਕਰਦੇ ਸੀਗੇ ਅਤੇ ਉਹਨਾਂ ਦੀ ਜ਼ਮਾਨਤ ਨੂੰ ਲੈ ਕੇ ਵੀ ਕਈ ਕਿਸਮ ਦੀ ਚਰਚਾ ਸਾਡੇ ਨਾਲ ਅੱਜ ਬਲਵਿੰਦਰ ਸ਼ੇਖੋਂ ਨੇ ਜਿਹੜੇ ਕਿ ਸਾਬਕਾ DSP ਨੇ ਪੰਜਾਬ ਪੁਲਿਸ ਦੇ ਅਤੇ ਬੜੀ ਬੇਬਾਕੀ ਦੇ ਨਾਲ ਪੰਜਾਬ ਸਰਕਾਰ ਨੂੰ ਹੋਰ ਜਿਹੜੀ ਪਿਛਲੀ ਸਰਕਾਰ ਸੀ ਉਸ ਵੇਲੇ ਵੀ ਘੇਰਦੇ ਰਹਿੰਦੇ ਨੇ ਇੰਟਰਵੈਂਸ਼ਨ ਕਰਦੇ ਨੇ ਸੋਸ਼ਲ ਤੌਰ 'ਤੇ ਪੋਲੀਟੀਕਲ ਤੌਰ 'ਤੇ ਐਕਟੀਵਿਜ਼ਮ ਕਰਦੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਸਾਰੇ ਪ੍ਰਦਰਸ਼ਨ ਉਹ ਕਿੱਦਾਂ ਸਮਝ ਰਹੇ ਨੇ ਕੀ ਉਹਨਾਂ ਦੀ ਇਹਦੇ ਬਾਰੇ ਸਮਝ ਬਣਦੀ ਹੈ ਅੰਮ੍ਰਿਤਪਾਲ ਦਾ ਵਰਤਾਰਾ ਵੀ ਚੱਲ ਰਿਹਾ ਤਾਂ ਇਸ ਸਾਰੇ ਦੇ ਉੱਤੇ ਬਲਵਿੰਦਰ ਸਿੱਖ ਹੋਣਾ ਨਾਲ ਆਪਾਂ ਵਿਚਾਰਾਂ ਕਰਾਂਗੇ ਸਰ ਤੁਹਾਡਾ ਸਵਾਗਤ ਹੈ ਥੈਂਕ ਯੂ ਵੈਰੀ ਮੱਚ ਸਰ ਤੁਸੀਂ ਡਿਪਾਰਟਮੈਂਟ 'ਚ ਰਹੇ ਹੋ ਤੁਸੀਂ ਅਕਸਰ ਕਹਿੰਦੇ ਹੋ ਕਿ ਤੁਸੀਂ ਡਿਪਾਰਟਮੈਂਟ ਦਾ ਬਹੁਤ ਸਾਰਾ ਕੋਡ ਦੇਖਿਆ ਇੰਨੇ ਸਾਲ ਸਰਵਿਸ ਕੀਤੀ ਹੈ ਅਤੇ ਆਸ਼ੀਸ਼ ਕਪੂਰ ਦੀ ਗ੍ਰਿਫਤਾਰੀ ਹੋਈ ਹੈ ਉਸ 'ਤੇ ਵਿਜੀਲੈਂਸ ਐਕਟ ਕਰ ਰਹੀ ਹੈ ਇਸ ਸਾਰੇ ਅਮਲ ਨੂੰ ਤੁਸੀਂ ਕਿੱਦਾਂ ਸਮਝਦੇ ਹੋ ਦੇਖੋ ਪੁਲਿਸ ਦਾ ਇੱਕ ਪਾਰਟ ਜਿਹੜਾ ਹੈਗਾ ਜਿਹੜਾ ਕਿ ਕਰਪਸ਼ਨ ਇੱਕ ਅੰਗ ਬਣ ਚੁੱਕੀ ਸਾਡੇ ਸਿਸਟਮ ਦਾ ਜੀ ਉਹਦੇ ਵਿੱਚ ਪੁਲਿਸ ਵੀ ਹੈਗੀ ਹੈ ਜੀ ਪੁਲਿਸ ਵਿੱਚ ਵੀ ਕਰਪਸ਼ਨ ਹੈਗੀ ਹੈ IAS ਅਫਸਰ ਹੈਗੇ ਹੈ ਮੈਂ ਕਹਿੰਦਾ ਹੁੰਦਾ ਕਿ ਸਭ ਤੋਂ ਵੱਧ ਜਿਹੜੀ ਕਰਪਸ਼ਨ ਹੈਗੀ ਉਹ ਬਿਊਰੋਕਰੇਟਸ ਦੇ ਵਿੱਚ ਹੈਗੀ ਹੈ ਜੀ ਜਿਹੜੀ ਕਿ ਮੋਸਟਲੀ ਟਾਰਗੇਟ ਨਹੀਂ ਕੀਤੇ ਜਾਂਦੇ ਜੀ ਤੋ ਪੁਲਿਸ ਜਿਹੜੀ ਹੈਗੀ ਹੈ ਉਹਦਾ ਇੱਕ ਪਾਰਟ ਹੈਗੀ ਹੈ ਪੁਲਿਸ ਦੀ ਕਰਪਸ਼ਨ ਜ਼ਿਆਦਾ ਦਿਖਾਈ ਆਉਣ ਦਿੰਦੀ ਕਿ ਯੂਨੀਫਾਰਮ ਜੋਬ ਹੈ ਦਿਖਾਈ ਦਿੰਦਾ ਹੈ ਕੋਈ ਵੀ ਐਕਟ ਕਰਦਾ ਬੰਦਾ ਦਿਖਾਈ ਦਿੰਦਾ ਫਿਰ ਜਿਹੜਾ ਡਿਲੀਵਰ ਕਰਨ ਨੂੰ ਕੋਈ ਬਹੁਤਾ ਉਹ ਚੀਜ਼ਾਂ ਨਹੀਂ ਹੁੰਦੀਆਂ ਜੇ ਕੋਈ ਜਿਵੇਂ ਦੂਸਰੇ ਡਿਪਾਰਟਮੈਂਟ ਹੈਗੇ ਆ
ਉਹ ਕੁਛ ਨਾ ਕੁਛ ਵਾਪਸ ਦਿੰਦੇ ਆ, ਕਿਸੇ ਦੀ ਫੇਵਰ ਕਰਦੇ ਆ ਤਾਂ ਉਹਨੂੰ ਕੁਛ ਨਾ ਕੁਛ ਪੇਬੈਕ ਕਰਦੇ ਆ। ਪੁਲਿਸ ਕੋਲ ਕੋਈ ਬਹੁਤਾ ਐੜਾ, ਕਿਉਂਕਿ ਲਾ ਬਾਈਡਿੰਗ ਏਜੰਸੀ ਹੈ ਅਤੇ ਇਹਦੇ ਕੋਲ ਬਹੁਤਾ ਕੁਛ ਦੇਣ ਨੂੰ ਨਹੀਂ ਹੁੰਦਾ। ਪਹਿਲੇ ਸਮੇਂ ਦੇ ਵਿੱਚ ਇੱਕ ਮਾਰਕੁੱਟ 3 ਡਿਗਰੀ ਦਾ ਪੁਲਿਸ ਕੋਲ ਹਥਿਆਰ ਹੁੰਦਾ ਸੀ, ਜਿਹੜਾ ਕਿ ਬਹੁਤ ਦੇਰ ਤੋਂ ਹੁਣ ਖੁੰਡਾ ਹੋ ਚੁੱਕਿਆ, ਤਾਂ ਉਹ ਚੀਜ਼ ਵੀ ਨਹੀਂ ਰਹੀ ਬਾਕੀ। ਤਾਂ ਪੁਲਿਸ ਦੀ ਕਰਪਸ਼ਨ ਇਸ ਕਰਕੇ ਕਿ ਲੋਕ ਸੈਟਿਸਫਾਈਡ ਨਹੀਂ ਹੁੰਦੇ, ਜਦੋਂ ਉਹ ਪ੍ਰੋਬਲਮ 'ਚ ਹੁੰਦੇ ਆ, ਫਸੇ ਹੋਏ ਹੁੰਦੇ ਆ, ਉਦੋਂ ਫਿਰ ਉਹਨਾਂ ਕੋਲ ਇੱਕੋ ਹੱਲ ਹੁੰਦਾ ਕਿ ਪੈਸਾ ਦੇ ਕੇ ਨਿਕਲਿਆ ਜਾਵੇ। ਤਾਂ ਕਿਉਂਕਿ ਸਾਰੇ ਸੋਸ਼ਲ ਐਨੀਮਲ ਹੈਗੇ, ਸਾਰੇ ਹੀ ਜਿਹੜੇ ਹੈਗੇ ਕਰਪਸ਼ਨ ਦਾ ਪਾਰਟ ਹੈਗੇ ਆ। ਤਾਂ ਪੁਲਿਸ ਇੱਕ ਮਤਲਬ ਇਸ ਤਰ੍ਹਾਂ ਦਾ, ਇੱਕ ਤਾਂ ਉਹ ਡਿਲੀਵਰ ਨਹੀਂ ਕੁਛ ਦੇ ਸਕਦੀ ਬੈਂਕ ਦੇ ਵਿੱਚ, ਇੱਕ ਉਹ ਮਤਲਬ ਯੂਨੀਫਾਰਮ ਹੋਣ ਕਰਕੇ ਦਿਖਾਈ ਦਿੰਦੀ, ਅਦਰਵਾਈਜ਼ ਸਿਸਟਮ ਸਾਰਾ ਕਰਪਟ ਹੈਗਾ। ਉਹਦੇ ਵਿੱਚ ਪਿੱਛੇ ਜੀ ਇੱਕ IAS ਅਫਸਰ ਵੀ ਤਾਂ ਫੜਿਆ ਗਿਆ ਸੀ, ਤੁਸੀਂ ਯਾਦ ਕਰਦੇ ਹੋ, ਪੋਪਲੀ ਸਾਹਿਬ, ਪੋਪਲੀ, ਹਾਂ, ਉਹਨਾਂ ਦਾ ਬੱਚੇ ਦੀ ਵੀ ਬਾਈ ਡੈਥ ਹੋ ਗਈ ਸੀ। ਮੈਨੂੰ ਅਫਸੋਸ ਵੀ ਇੰਨਾ ਕਰਾਂਦਾ, ਪਰ ਮੈਂ ਉਹਨੂੰ ਇੱਕ ਗਰੀਬ IAS ਗਣੂੰਗਾ ਜਿਹਦੇ ਕੋਲ ਸਿਰਫ 20 ਕਿਲੋ ਸੀ ਉਹਨਾਂ ਕੋਲ ਮਿਲਿਆ ਸੀ, ਜਾਂ ਕੋਈ ਹੋਰ 150 ਕਰੋੜ ਦੀ ਜਾਇਦਾਦ ਮਿਲੀ, ਗਰੀਬ IAS ਸੀਗਾ। ਅਮੀਰ IAS ਤਾਂ ਤੁਸੀਂ ਸੋਚ ਵੀ ਨਹੀਂ ਸਕਦੇ ਕਿੱਥੇ ਬੈਠੇ ਆ। ਇਸ ਕਰਕੇ ਪੁਲਿਸ ਦੀ ਦਿਖ, ਮੈਂ ਕੋਈ ਫੇਵਰ ਨਹੀਂ ਕਰ ਰਿਹਾ ਕਿ ਪੁਲਿਸ ਚੰਗੀ ਹੈਗੀ, ਪਰ ਮੈਂ ਪੁਲਿਸ ਦੀ ਕਰਪਸ਼ਨ ਜਿਹੜੀ ਹੈਗੀ ਆ, ਬਿਊਰੋਕਰੇਟ ਜਿਹੜੇ ਹੈਗੇ IAS ਵਗੈਰਾ, ਉਹਨਾਂ ਦੇ ਸਾਹਮਣੇ ਬਹੁਤ ਪਿੱਛੇ ਦੇ, ਬਹੁਤ ਥੱਲੇ ਦੀ ਹੈ। ਪਰ ਹੁਣ ਜਿਸ ਤਰ੍ਹਾਂ ਦਾ ਕੋਈ ਰੁਝਾਨ ਜਿਹੜਾ ਆਹ ਚੱਲ ਰਿਹਾ, ਕਿਉਂਕਿ ਪਹਿਲਾਂ ਇਹਨਾਂ ਚੀਜ਼ਾਂ ਦੇ ਵਿੱਚ ਥੱਲੇ ਵਾਲੇ ਅਫਸਰਾਂ ਨੂੰ ਇਨਰੋਲ ਕੀਤਾ ਜਾਂਦਾ ਸੀ, ਵੱਧ ਤੋਂ ਵੱਧ ਇੰਸਪੈਕਟਰ SHO ਤੱਕ ਦੀ ਹੁੰਦੀ ਸੀ, ਸਾਡੇ ਵਰਗਿਆਂ ਤੋਂ ਇਹ DSP 'ਤੇ ਸਟਾਰਟ ਹੋਏ ਆ, ਉਦੋਂ ਮੈਂ ਵਿਕਟਮ ਹੈਗਾ ਇੱਥੇ ਪਹਿਲਾਂ ਸ਼ਾਇਦ। ਉਦੋਂ ਬਾਅਦ ਆਹ ਹੁਣ ਨਵੇਂ ਆਹ SSP ਹੈਗੇ ਆ, ਇਹ ਜਿਵੇਂ ਜਿਵੇਂ ਇਹ ਉੱਪਰ ਨੂੰ ਅੱਗੇ ਜਾ ਰਿਹਾ ਤਾਂ ਇੱਕ ਚੰਗੇ ਰੁਝਾਨ ਵਜੋਂ ਵੇਖਿਆ ਜਾਊਗਾ। ਇਹਦੇ ਵਿੱਚ ਕੁਛ ਚੀਜ਼ਾਂ ਉਹ ਸਾਹਮਣੇ ਆਉਣਗੀਆਂ ਜਿਹੜੀਆਂ ਹੁਣ ਤੱਕ ਦਬਾ ਲਈਆਂ ਜਾਂਦੀਆਂ ਸੀ। ਹੁਣ ਇਸ ਲੈਵਲ ਦਾ ਜੇ ਅਫਸਰ ਫਸਿਆ ਤਾਂ ਫਿਰ ਉਹਨਾਂ ਦੇ ਨਾਮ ਲਓ ਜਿਹੜੇ ਉੱਪਰਲੇ ਪਾਸੇ ਵੀ ਬੈਠੇ, ਥੱਲੇ ਤਾਂ ਗੁਲਾਮੀ ਬਹੁਤ ਵੱਡੀ ਹੈ। ਤਾਂ ਇਸ ਕਰਕੇ ਇਹ ਲੋਕ ਜਿਹੜੇ ਹੈਗੇ, ਇਹਨਾਂ ਨੂੰ ਪਤਾ ਹੈ, ਕਿਉਂਕਿ ਇਹਨਾਂ ਨੇ ਮਤਲਬ ਬੁਕਲਾਸਾਂ ਜੀਆਂ ਬਹੁਤ ਉੱਪਰ ਤੱਕ ਰਹੀਆਂ। ਤਾਂ ਉਮੀਦ ਕਰਦੇ ਹਾਂ ਕਿ ਜਿਹੜਾ ਏਜ ਵਾਲਾ ਮਸਲਾ ਇਹਦੇ ਕਪੂਰ ਵਾਲਾ, ਮੈਨੂੰ ਇਕੱਲਾ, ਚਲੋ ਇੱਕ ਤਾਂ ਉਹਦੇ 'ਤੇ ਉਹ ਰੇਪ ਵਾਲਾ ਇਲਜ਼ਾਮ, ਉਹ ਇੱਕ ਪਰਸਨ ਚੀਜ਼, ਉਹਦੇ ਬਾਰੇ ਮੈਂ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ ਕਿ ਸੱਚ ਹੈ ਕਿ ਝੂਠ, ਕੁਛ ਨਾ ਚੀਜ਼ ਹੁੰਦੀ ਹੈ ਐਵੇਂ ਤਾਂ ਕੋਈ ਚੀਜ਼ ਬਣਦੀ ਨਹੀਂ। ਅਦਰਵਾਈਜ਼ ਜਿਹੜੀ ਕਰਪਸ਼ਨ ਦਾ ਪਾਰਟ ਹੈ, ਉਹਦੇ ਵਿੱਚ ਜਿਹੜਾ ਵੀ ਕੋਈ ਚੀਫ ਹੁੰਦਾ, ਜੇ ਹੁਣ ਜਦੋਂ ਮੋਸਟਲੀ ਜਿਹੜਾ ਇਹਦਾ ਕਪੂਰ ਦਾ ਜਿਹੜਾ ਕਾਰਜਕਾਲ ਸੀ, ਉਹ BK ਉੱਪਲ, ਹਾਂਜੀ, ਅਤੇ ਉਹ ਜਿੰਨਾ ਕੁ ਕਰਪਟ ਹੈਗਾ ਮੈਂ ਜਾਣਦਾ, ਉਹਨੂੰ ਬਹੁਤ ਚੰਗੀ ਤਰੀਕੇ ਨਾਲ ਬੜੇ ਆਪਣੇ ਆਪਣੇ ਚਿਹਰੇ ਬਣਾ ਕੇ ਰੱਖਦੇ ਵੀ ਅਸੀਂ ਬੜੇ ਹੋਏਗੇ, ਅਤੇ ਮੇਰੇ ਕੋਲ ਬੜੇ ਐਵੀਡੈਂਸ ਉਹਦੇ ਖਿਲਾਫ ਕਦੇ ਆਉਣ ਵਾਲੇ ਸਮੇਂ 'ਚ ਗੱਲ ਕਰਾਂਗੇ। ਪਰ ਚੰਗੀ ਕਿਸਮਤ ਨਾਲ ਜਿਹੜਾ ਹੁਣ ਮਤਲਬ ਚੀਫ ਲੱਗਿਆ ਹੋਇਆ, ਇਹ ਜਿਹੜੇ ਹੈਗੇ ਇਹਦੇ 'ਤੇ ਕੋਈ ਇਸ ਤਰ੍ਹਾਂ ਦੇ ਐਲੀਗੇਸ਼ਨ ਨਹੀਂ ਹੈਗੇ, ਕਿਉਂਕਿ ਇਹ ਕਿਸੇ ਵੀ ਪਿਛਲੀਆਂ ਗੌਰਮੈਂਟਾਂ ਦੇ ਬਲੂ ਵਾਈਟ ਬੋਇਸ ਵਿੱਚੋਂ ਕਦੇ ਵੀ ਨਹੀਂ ਰਿਹਾ। ਅੱਛਾ, ਇਸ ਕਰਕੇ ਜਿਹੜੇ ਕੁਛ ਇਸ ਤਰ੍ਹਾਂ ਦੇ ਅਫਸਰ ਹੁੰਦੇ ਜਿਹੜੇ ਮਤਲਬ ਸਾਈਡ ਲਾਈਨ ਕੀਤੇ ਹੋਏ ਹੁੰਦੇ ਆ ਕਰਪਟ ਸਿਸਟਮ ਵੱਲੋਂ, ਜਦੋਂ ਉਹਨਾਂ ਨੂੰ ਮੌਕਾ ਮਿਲਦਾ ਤਾਂ ਫਿਰ ਉਹ ਆਪਣਾ ਜਿਹੜਾ ਹੈਗਾ ਕੁਛ ਡਿਲੀਵਰ ਕਰਨ ਦੀ ਕੋਸ਼ਿਸ਼ ਕਰਦੇ ਆ। ਇਹ ਵੀ ਕਾਰਨ ਹੈਗਾ ਕਿ ਅੱਜ ਦੀ ਜਿਹੜੀ ਵਿਜੀਲੈਂਸ ਹੈਗੀ ਹੈ, ਜਿਹੜੀ ਚੀਜ਼ਾਂ ਸਾਹਮਣੇ ਆ ਰਹੀਆਂ, ਠੀਕ ਆ ਸਰਕਾਰ ਦੀ ਵਿਲ ਤਾਂ ਹੁੰਦੀ ਹੈ, ਪਰ ਸਰਕਾਰ ਦੀ ਵਿਲ ਆ ਕੇ ਕਿਤੇ ਆ ਕੇ ਸਿਫਾਰਿਸ਼ 'ਤੇ, ਕਰਪਸ਼ਨ 'ਤੇ, ਉੱਪਰੋਂ ਕਿਸੇ ਦਬਾਅ ਦੇ ਦਿੱਲੀ ਤੱਕ ਰੁਕ ਜਾਂਦੀ ਆ ਕੇ, ਅਤੇ ਉਹਦੇ ਵਿੱਚ ਫਿਰ ਜੇ ਫਿਰ ਵੀ ਕੋਈ ਕਾਰਵਾਈ ਹੁੰਦੀ ਹੈ ਤਾਂ ਉਹਦੇ 'ਚ ਫਿਰ ਜਿਹੜਾ ਬੰਦਾ ਕਰ ਰਿਹਾ ਹੁੰਦਾ ਉਹਦਾ ਕਾਫੀ ਵੱਡਾ ਰੋਲ ਹੁੰਦਾ। ਤਾਂ ਮੈਂ ਕਹਿੰਦਾ ਕਿ ਮੈਨੂੰ ਸੋਚ ਲੱਗਦਾ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਚੀਫ ਆਫ ਜਿਹੜਾ ਵਿਜੀਲੈਂਸ ਇਸ ਟਾਈਮ ਜਿਹੜਾ ਹੈਗਾ ਇੱਕ ਠੀਕ ਆਦਮੀ ਮਿਲਿਆ ਹੋਇਆ ਪੰਜਾਬ ਨੂੰ, ਤਾਂ ਕੁਛ ਚੀਜ਼ਾਂ ਉਹਦੇ ਕਰਕੇ ਵੀ ਜਿਹੜੀਆਂ ਹੈਗੀਆਂ। ਤਾਂ ਤੁਸੀਂ ਸਮਝਦੇ ਹੋ ਕਿ ਜਿਹੜਾ ਆਸ਼ੀਸ਼ ਕਪੂਰ ਦਾ ਡਿਫੈਂਸ ਆਊਗਾ, ਉਹ ਪੋਲੀਟੀਕਲ ਵੈਡੈਂਟਾ ਦਾ, ਜੋ ਇੱਕ ਬਹੁਤ ਮੇਨ ਅਫਸਰ ਰਹੇ ਨੇ ਕਾਂਗਰਸ ਦੇ ਵਿੱਚ ਜਾਂ ਕੈਪਟਨ ਅਮਰਿੰਦਰ ਦੇ ਟਾਈਮ 'ਤੇ, ਤਾਂ ਜਿਹੜਾ ਉਹ ਪੱਖ ਹੈ ਕਿ ਇਹੀ ਅਫਸਰ ਕਿਉਂ ਟਾਰਗੇਟ ਕੀਤੇ ਜਾਂਦੇ ਨੇ, ਮਤਲਬ ਕਿ ਜਿਹੜੇ ਦੂਜੀਆਂ ਸਰਕਾਰਾਂ ਦੇ ਵੇਲੇ ਰਹੇ ਹੁੰਦੇ ਨੇ, ਇਹ ਪੱਖ ਨੂੰ ਤੁਸੀਂ ਕਿੱਦਾਂ ਦੇਖਦੇ? ਨਹੀਂ, ਉਹ ਟਾਰਗੇਟ ਉਹੀ ਕਰੂਗਾ ਨਾ, ਹੋਊਗਾ ਜਿਹਦੇ ਕੋਲ ਕੁਛ ਹੋਊਗਾ। ਟਾਰਗੇਟ ਜਿਹੜਾ ਬੰਦਾ ਫੀਲਡ ਦੇ ਵਿੱਚ ਹੀ ਨਹੀਂ ਹੈਗਾ, ਜਿਹੜਾ ਬੰਦਾ ਜਿਹੜੀ ਮਤਲਬ ਕਰੰਟ ਡਿਊਟੀ ਨਹੀਂ ਕਰ ਰਿਹਾ, ਤਾਂ ਉਹਨੂੰ ਟਾਰਗੇਟ ਤਾਂ ਕੀਤਾ ਜਾ ਹੀ ਨਹੀਂ ਸਕਦਾ। ਜਿਹਨਾਂ ਹੱਥਾਂ ਦੇ ਵਿੱਚੋਂ ਗਲਤ ਫਾਈਲਾਂ ਟੱਪੀਆਂ ਹੋਈਆਂ, ਜਿੱਥੇ ਸਾਈਨ ਗਲਤ ਹੋਏ ਹੋਏ ਆ, ਭਾਵੇਂ ਉਹ ਥੱਲਿਓਂ ਉੱਪਰ ਨੂੰ ਕਰਵਾਏ ਗਏ ਹੋਣ, ਭਾਵੇਂ ਉੱਪਰ ਤੋਂ ਹੋਰ ਉੱਪਰ ਨੂੰ ਕਰਵਾਏ ਗਏ ਹੋਣ, ਤਾਂ ਨੈਚੁਰਲੀ ਉਹ ਬੰਦੇ ਜਿਹੜੇ ਹੈਗੇ ਜਵਾਬ ਦੇ ਉਹੀ ਹੁੰਦੇ ਆ। ਇਸ ਕਰਕੇ ਜੇ ਆਸ਼ੀਸ਼ ਕਪੂਰ ਦੀ ਜਗ੍ਹਾ 'ਤੇ ਕੋਈ ਹੋਰ ਹੁੰਦਾ ਤਾਂ ਆਪਾਂ ਹੋਰ ਨਾਮ ਲੈ ਰਹੇ ਹੁੰਦੇ, ਤਾਂ ਇਹ ਕੋਈ ਖਾਸ ਗੱਲ ਨਹੀਂ ਕਿ ਆਸ਼ੀਸ਼ ਕਪੂਰ ਹੈ। ਆਸ਼ੀਸ਼ ਕਪੂਰ ਦੀ ਤਾਂ ਜਿਹੜੀ ਇੱਕ ਉਹਦੀ ਹੋਰ ਬੈਕਗਰਾਊਂਡ ਜਿਹੜੀ ਆਪਾਂ ਗੱਲ ਕਰ ਰਹੇ ਸੀ, ਉਹ ਨਾਲ ਜੁੜੀ ਹੋਣ ਕਰਕੇ ਉਹ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਇਕੱਠੀਆਂ ਹੋ ਗਈਆਂ। ਤਾਂ ਜਿਵੇਂ ਤੁਸੀਂ ਕਿਹਾ ਕਿ ਬਿਊਰੋਕਰੈਟਸ ਦੀ ਜਾਂ ਪੁਲਿਸ ਦੀ ਜਿਹੜੀ ਕਰਪਸ਼ਨ ਹੈ ਉਹ ਸਾਰੀ ਵਿਜ਼ੀਬਲ ਹੈ, ਹੈ ਨਾ, ਪਰ ਇਹ ਬਹੁਤ ਛੋਟਾ ਹਿੱਸਾ ਸਾਰੇ ਕਰਪਟ ਸਿਸਟਮ ਦਾ, ਬਹੁਤ ਥੋੜ੍ਹਾ। ਤਾਂ ਜਿਹੜੇ ਅੱਗੋਂ ਪੋਲੀਟੀਕਲ ਆਕਾਂ ਨੇ ਜਿਹਦੇ ਥਰੂ ਇਹ ਕੰਮ ਕਰਵਾਇਆ ਜਾਂਦਾ, ਤੁਹਾਨੂੰ ਲੱਗਦਾ ਕਿ ਵਿਜੀਲੈਂਸ ਉੱਥੇ ਤੱਕ ਹੁਣ ਪਹੁੰਚ ਰਹੀ ਹੈ ਜਾਂ ਉਸ ਪੱਖ ਤੋਂ ਵਿਜੀਲੈਂਸ ਦਾ ਜਾਂ ਇਸ ਸਰਕਾਰ ਦਾ ਕੰਮ ਤੁਸੀਂ ਕਿੱਦਾਂ ਦੇਖਦੇ? ਜਿਵੇਂ ਆਹ ਚੀਜ਼ਾਂ ਹੋਈਆਂ, ਦੇਖੋ ਆਹ ਦੋ ਤਿੰਨ ਜਿਹੜਾ ਤੁਸੀਂ ਦੇਖ ਸਕਦੇ ਹੋ, ਧਰਮਸੋਤ ਦਾ ਫੜਿਆ ਜਾਣਾ, ਫਿਰ ਇਹਨਾਂ ਨੇ ਇੱਕ ਆਪਣਾ ਮਿਨਿਸਟਰ ਪਹਿਲਾਂ ਫੜ ਲਿਆ ਸੀਗਾ, ਅਤੇ ਉਦੋਂ ਬਾਅਦ ਆਸ਼ੂ ਤੱਕ ਪਹੁੰਚੇ। ਉਸ ਤੋਂ ਅੱਗੇ ਤਾਂ ਗਾਂ ਜਿਹੜੀ ਤਿਆਰੀ, ਦੇਖੋ ਮੈਨੂੰ ਤਾਂ ਪਤਾ ਲੱਗਿਆ ਕਿ 183 ਬੰਦਿਆਂ ਦੀ ਲਿਸਟ ਹੈ ਜਿਹੜੀ ਸੈਂਕਸ਼ਨ ਵਾਸਤੇ ਜਿਹੜੀ ਇਹਨਾਂ ਨੇ ਮਤਲਬ ਜਿਹੜੀ ਵਿਜੀਲੈਂਸ ਨੇ ਭੇਜੀ ਸੀਗੀ CM ਕੋਲ, ਜਿਹਦੇ ਵਿੱਚ ਉਹ ਸਿੰਚਾਈ ਘਟਾਲਾ ਵੀ ਸੀ, ਜਿਹਦੇ 'ਚ ਅਕਾਲੀਆਂ ਦੇ ਮੰਤਰੀ ਵੀ ਫਸਦੇ ਹੈਗੇ। ਤਾਂ ਕੁਛ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਕ੍ਰਿਸਟਲ
इस तरह के डिसीजन आने जो बायस दिखाई देते हो तो गांह आवाज भी उठूगी रौला भी पाऊगा। मैं तो जरा एक गिरीश अग्निहोत्री जज है जो घर बैठा है वो जज है जिन्हें कि मतलब मेरे केस के स्टे तोड़ के सरकार डिसमिस करने मेरी गवर्नमेंट की मदद की थी असं वो खिलाफ बोले हैं सच सी जो घर बैठा हो सकता होर भी कोई गलतियां होनी पर खिलाफ जे कोई बोल के गल की मैं ही की है तो वो इंडिया का एक मतलब पूरे का पूरा एक मिसाल है कि इको केस है इंडिया के किसी हाई कोर्ट के जज को परमिशन तो बाद जो है कन्फर्मेशन ना मिली हो तो घर बैठा हो तो उन्हें 10-12 साल अजे होर यह कुछ करना सी हाँ। तो इस करके आवाज जी उठाई जाती है हम मतलब असर दिखाई देता है यहाँ पिछले कुछ चीज़ों तो घटनावों क्लीयर होया तो जो प्रदूषण का आशू का जिक्र किया उन्होंने जमानत का जिक्र किया तो पहली गल जो खिलाफ जिन्ना भी कुरसेड चल रहा वो परसनल जी एनिमिटी है या एक्सपीरियंस वो ज़्यादा या जी कन्विक्शन है वैल्यू सिस्टम के लैवल से वह पक्ष दोनों चीज़ें होंगे जो स्टार्ट कितों होंगी है परसनल तो होंगी ना कन्विक्शन तो बाद होंगी ना कोई चीज़ आप स्टार्ट करा तो फिर अगे जावे कन्विक्शन तो उस गल कन्विक्शन तो मेरे से आई गल स्टार्ट उन्हें किया तो रोल हो गया ना जो तो मैं ही किया हो मैं ही कन्विक्शन से होव फिर एक क्वेश्चन रेलीवेंट है बट हुण स्टार्ट उधरों होया ठीक है कन्विक्शन मेरी हैगी है तो यह पहली बार होया बेशक कि वह मतलब एडा वड्डा एक पहाड़ मूंग जिहड़ा अपना उस सिस्टम का सब तो करप्ट मंत्री सीगा वो हैगे तो होर भी सारे सी पर मतलब ज़्यादा बदनाम सी अपनी जुबान करके तां ही सारी दुनिया के विच जो बहुत एक अच्छा सुनेहा गया लोगों ने बहुत मतलब इस गल्ल नूं सानू इस गल दी बहुत मतलब एक वधिया तरीके नाल दुनिया च वेख्या गया भी इस बंदे नाल इन्हां बंदे दा मतलब जिवें बहस भी सीगे ते उह सारे इको कैटेगरी हैगी तो इन्हां दी अपने जिहड़े हैगे आ किरदार सीगे जिहड़े उहनां दा बहुत वड्डा योगदान रहा है नहीं तां पोलिटिकल बंदे जिहड़े हुंदे इन्हां दा पहली तां इह हुंदी मूंह दे मिठी पॉलिटिक्स का ही रूल है ना ये कुछ लोग बदतमीज है ये अपनी बदतमीजी करके ज्यादा पहला टारगेट होया तो अदरवाइज कन्विक्शन की जी गल है तो हम देखो जो थोड़े को ऑप्शन ही कोई नहीं तो कन्विक्शन तो फिर आप ही है जो मैं घर बैठ जावा गोल्डे टेक लवा वो पहला ऑप्शन सी कर सकते थे उदो नहीं की उदू बाद फिर रस्ते ही बंद हो जाते हैं ना उदू बाद तो मतलब फिर कई कोई कुछ रस्ते हैं तुम वापस नहीं जा सकते तो बस उस तो बाद कंटिन्यू है कोई रस्ता जो सरकार की इस सारी कारगुजारी है उन्होंने लैके हूँ मतलब कि सवाल जवाब भी हुई है वो फूड कारपोरेशन के जेडे उस डिपार्टमेंट के मुलाजमान में पूछा जा रहा वो सारे पक्ष में तुम हूँ तक की जांच में किदा देख रहे हो नॉर्मल है मैं एक्सट्राऑर्डिनरी तो नहीं देख सकता कि जिस तरह मतलब जे पूरी तरह सरकार की विल स्ट्रोंग होंगी तो फिर ये तो हूँ तक जिन्ने मर्जी परचे दर्ज हो सकते सी सुनया कि एक परचा जो है रजिस्टर कर लिया इन्होंने सेम जो केस रलदा मिलता नहीं अदरवाइज लुधियाने के इन्नी वड्डी एविडेंस यह जे लोग जोड़े है हेमंत सूद हैगा एक सन्नी भला हैगा रमन बाला सुब्रमणियम भी हाईकोर्ट ने बहुत मतलब धक्के मतलब मैं कहना सीना जोरी के मतलब उन्होंने रिलीफ दी है बिल्कुल वीर के बिना किसी उस कानून दे जिहड़ा जिहदे च उहनूं कीता जा अवनीश चिंगण माईलाड हैगा धक्के उन्हें मतलब बिल्कुल DSP के मूँह चो गल पवा के उहदे विच सैन नाम लिख के वो फैसला सुना दिता जिहड़ा कि मतलब बनदा ही नहीं सी उहनूं चैलेंज भी होया वा उस चीज़ नूं किसी ने प्राइवेटली भी चैलेंज किया और डिपार्टमेंट भी चैलेंज कर रहा तो यह तो मैं कहना भी सीना चोरी हो गई ना पहला तो बेईमानी सी बेईमानी का फिर वो पार्ट हुंदा बंदा चोरी नीवा होकर करता तो यह तो सीना चोरी बस साहब की मर्जी करा वो बंदा जिदा जिन्हें कोर्ट में बिल्कुल धमकियां दी हुई काशु की गल करते हैं कोर्ट में यह क्या हो जाके हाई कोर्ट में कह दे मैं सड़क नहीं मंत्री बन दिता ज चैलेंज किया हो जी 3 साल तो भी प्लस जी हैगी है कंटैम्प्ट ऑफ जी कोर्ट सी जवाब गया हो अपोलॉजी दी हुई अनकंडीशनल वो अजे डिसाइड नहीं की इन्होंने बेलां भी डिसाइड हो रही हैं फिर कोई पुछना नहीं ना हुण तक है भी एक थोड़ा मुलजम है पहले ही ऑलरेडी मुलजम है थोड़ा हाई कोर्ट का तुम उन्होंने डिसाइड करोगे पहला कि बेल दोगे पहला जिसे अजे पता नहीं कितनी वड्डी इन्वेस्टिगेशन बाकी है 1.5 महीना अजे हो जेल गए जमानत की गल की है तुम पंजाब के AG से भी सवाल चुके हैं पंजाब का AG ऑफिस जोड़ा है कैप्टन अमरिंदर सिंह के टाइम तो ही चर्चा का विषय रहा सवाल उठते रहे ने इस AG अनमोल रतन सिद्धू बदले गए तो फिर AG आए हैं हुण पंजाब दे AG जी कारगुजारी है पूरे ऑफिस की नॉट अ परसन ओनली पूरा जो AG ऑफिस है वड्डा ऑफिस होंदा हुण तक की कारगुजारी किदां देखते हो आप सरकार एक तो वड्डे ऑफिस में छड्ड दिओ AG ही होंदा AG नाल ही ऑफिस होंदा कितना वड्डा होवे भावें छोटा होवे उहदे नाल कोई फर्क नहीं होंदा AG एक बंदा ही होंदा जिहड़ा कि उहदे मुताबिक ऑफिस होंदा हां तुसीं विनोद कई नूं किदां देखदे तुसीं उस तो पहलां तुसीं नाम लिया सी कैप्टन वेले उह अतुल नंदा सी उहदे तां जिक्र ही ना करिए मतलब किरदारां तों थल्ले गिरे होए लोग सी जिन्हां ने कोई मत्थे 'च लिखिया होया सी AG कुर्सियां 'ते बैठे उहनूं छड्ड दिए साइड 'ते उस तों बाद अनमोल रतन सिद्धू विचों पटवालिया भी लवा लिया सी नवजोत सिंह सिद्धू ने उह भी मतलब इस तरह दे जिहड़े नचार जिहे लोग होंगे जहाँ का खानदानी लीगे से प्यो हाई कोर्ट का जज है तो बहुत हो चीज़ें है इन्हें भी कल हाई कोर्ट का जज बनना है इन चीज़ों की क्वालिटी देख के लग जाते कैटेगरी आई सी उस बाद अनमोल रतन सिद्धू आया बड़े चंगा सी
ਜਾਂ ਪਾਵਾਂ ਉਹ ਲੱਭਣ ਜਾਈਏ ਵੀ 100% ਦੇ ਇੱਥੇ 100% ਤਾਂ ਕੁਛ ਨਹੀਂ ਹੈਗਾ ਪਰ ਬੜੇ ਨੂੰ ਠੀਕ ਸੀਗਾ ਉਹਨੇ 2-3 ਮਹੀਨੇ ਕੋਸ਼ਿਸ਼ ਕੀਤੀ ਕੰਮ ਕਰਨ ਦੀ ਇਹਨਾਂ ਨੇ ਉਹਦੇ ਪੈਰ ਹੀ ਲੱਗਣ ਦਿੱਤੇ ਜਿਹੜੇ ਰਾਘਵ ਚੱਡੇ ਵਰਗੇ ਕਿਉਂਕਿ ਉਹ ਸੀਐਮ ਦੀ ਪਸੰਦ ਸੀਗਾ ਜੋ ਸੁਣ ਚ ਆਇਆ ਭਗਵੰਤ ਮਾਨ ਦੀ ਤੋ ਇਸ ਕਰਕੇ ਪਹਿਲੀ ਗੱਲ ਤਾਂ ਇਹੀ ਹੋ ਗਈ ਫਿਰ ਕਹਾਂ ਇਹ ਵਿਨੋਦ ਗਈ ਜਿਹੜਾ ਮਹਾਂਪੁਰਸ਼ ਹੈਗਾ ਇਹਨੇ ਤਾਂ ਕਿਸੇ ਚੰਗੇ ਬੰਦੇ ਦਾ ਕਦੇ ਕੇਸ ਹੀ ਨਹੀਂ ਲਿਆ ਜਿਹੜਾ ਬੰਦਾ ਵੀ ਉੱਥੇ ਫਸਦਾ ਮਜੀਠੀਆ ਪਹਿਲਾਂ ਜਮਾਨਤ ਹੋਈ ਉਹਦਾ ਵਕੀਲ ਸੀ ਇਹ ਆਸ਼ੂ ਦੀ ਹੁਣ ਲੱਗੀ ਹੋਈ ਹੈ ਉਹਦਾ ਵਕੀਲ ਪੈਸਾ ਦੀ ਹੁਣ ਲੱਗੀ ਹੋਈ ਹੈ ਉਹਦਾ ਵਕੀਲ ਰਾਮ ਰਹੀਮ ਦਾ ਇਹ ਵਕੀਲ ਕੁਛ ਹੁਣ ਨਾਮ ਮੈਨੂੰ ਇੰਨੇ ਯਾਦ ਨਹੀਂ ਰਹਿਣੇ ਵੀ ਮੈਨੂੰ ਇਹ ਲੱਗਦਾ ਵੀ ਇਹਦੀ ਐਕਸਪਰਟੀ ਇਹ ਹੈ ਵੀ ਗੰਦੇ ਤੋਂ ਗੰਦੇ ਬੰਦੇ ਦੇ ਨਜਾਇਜ਼ ਕੰਮਾਂ ਵਾਸਤੇ ਇਹਨੇ ਆਪਣੀ ਜਿਹੜੀ ਉਹਦੀ ਪਛਾਣ ਹੈ ਜਾਣਿਆ ਜਾਂਦਾ ਠੀਕ ਹੈ ਉਹ ਇਹਦੀ ਆਫਿਸ ਦਾ ਮਾਲਕ ਹੈ ਤੇ ਇਹਨਾਂ ਸਾਰੇ ਕੇਸਾਂ 'ਚ ਤਾਂ ਅਪੀਲ ਹੀ ਨਹੀਂ ਹੋ ਸਕਦਾ ਕਿਉਂਕਿ ਐਡਵੋਕੇਟ ਰਿਹਾ ਇਹਨਾਂ ਦਾ ਜੇ ਇਹਨਾਂ ਕੇਸਾਂ 'ਚ ਅਪੀਲ ਹੀ ਨਹੀਂ ਹੋ ਸਕਦਾ ਏ ਜੀ ਤਾਂ ਫਿਰ ਇਹ ਜੀ ਏ ਜੀ ਨੂੰ ਲਾਉਣ ਦੀ ਲੋੜ ਕੀ ਸੀਗੀ ਜਿਹੜੇ ਮਹਾਂਪੁਰਸ਼ ਤੁਸੀਂ ਕੀ ਸਮਝਦੇ ਹੋ ਕੀ ਮਜਬੂਰੀ ਸੀ ਸਰਕਾਰ ਦੀ ਉਹ ਤਾਂ ਸਰਕਾਰ ਨੂੰ ਪਤਾ ਹੋਊਗਾ ਮਜਬੂਰੀ ਤਾਂ ਕਰਪਸ਼ਨ ਹੈ ਤੇ ਹੋਰ ਕੀ ਹੈਗਾ ਕਰਪਸ਼ਨ ਤੋਂ ਇਲਾਵਾ ਕੀ ਮਜਬੂਰੀ ਤੇ ਹਰ ਚੀਜ਼ ਬਕਾਊ ਹੈ ਪਹਿਲਾਂ ਵੀ ਸੀਗੀ ਹੁਣ ਜਰਾ ਓਪਨਲੀ ਹੈਗੀ ਪਿਛਲੀਆਂ ਸਰਕਾਰਾਂ ਵੀ ਇਹ ਕੁਛ ਕਰਦੀਆਂ ਰਹੀਆਂ ਠੀਕ ਹੈ ਪਰ ਇਹ ਇਸ ਵਾਰ ਇਹ ਧੰਦਾ ਜਿਹੜਾ ਹੈਗਾ ਥੋੜ੍ਹਾ ਜ਼ਿਆਦਾ ਓਪਨ ਚੱਲ ਰਿਹਾ ਤਾਂ ਇਸ ਕਰਕੇ ਮਜਬੂਰੀ ਕੋਈ ਨਹੀਂ ਹੈਗੀ ਕਰਪਸ਼ਨ ਹੈ ਸਾਡੇ ਜਿਹੜੇ ਰਾਜ ਸਭਾ ਦੇ ਮੈਂਬਰ ਲਏ ਇਹਨਾਂ ਨੇ ਉਹਦੇ 'ਚ ਕਰਪਸ਼ਨ ਨਹੀਂ ਹੋਈ ਹੋਰ ਬਾਕੀ ਕੰਮ ਤੁਸੀਂ ਲੈ ਲਓ ਕਰਪਸ਼ਨ ਨਹੀਂ ਹੋਈ ਪੰਜਾਬ ਦੇ ਲੋਕ ਜਿਹੜੇ ਕਿੰਨੇ ਬੁਰੀ ਤਰ੍ਹਾਂ ਖਿਲਾਫ ਹੋਏ ਆ ਸੰਗਰੂਰ ਦੇ ਇਲੈਕਸ਼ਨ ਨੇ ਦੱਸ ਦਿੱਤਾ ਪੰਜਾਬੀ ਵੀ ਅਸੀਂ ਪਰ ਬਹੁਤਾ ਲੰਬਾ ਸਮਾਂ ਨਹੀਂ ਨਾ ਇਸ ਚੀਜ਼ ਨੂੰ ਟੋਲਰੇਟ ਕਰਦੇ ਸਰਕਾਰ ਤਾਂ ਆਈ ਨੂੰ ਅਜੇ 7 ਮਹੀਨੇ ਹੋਏ ਆ ਅਸੀਂ ਮੈਂ ਖੁਦ ਜਿਹੜੀ ਪਹਿਲੀ ਪ੍ਰੈਸ ਕਾਨਫਰੰਸ 27 ਦਿਨਾਂ ਬਾਅਦ ਕਰ ਦਿੱਤੀ ਸੀ ਅਜੇ ਮਹੀਨਾ ਨਹੀਂ ਪੂਰਾ ਹੋਇਆ ਸੀ ਜਦੋਂ ਇਹਨਾਂ ਨੇ ਕਿਹਾ ਸੀ ਵੀ ਤੁਹਾਡੇ ਗੈਂਗਸਟਰ ਬਣਾ ਕੇ ਬੱਚਿਆਂ ਨੂੰ ਮਾਰਾਂਗੇ ਫਿਰ ਸੰਗਰੂਰ ਦੇ ਇਲੈਕਸ਼ਨ ਤੱਕ ਟਿਕੇ ਰਹੇ ਕਿਉਂਕਿ ਲੋੜ ਸੀਗੀ ਉਦੋਂ ਬਾਅਦ ਫਿਰ ਇਹਨੇ ਸ਼ੁਰੂ ਕਰਤਾ ਦੋ ਇਨਕਾਊਂਟਰ ਕੀਤੇ ਹੋਏ ਆ ਕੱਲ੍ਹ ਫਿਰ ਕੋਈ ਲੱਗਿਆ ਹੋਇਆ ਸੀ ਉਹ 'ਚ ਗਾਂ ਵੇਖ ਲੈ ਕੋਈ ਚਲੋ ਮਰਿਆ ਤਾਂ ਨਹੀਂ ਹੈ ਕੱਲ੍ਹ ਸੁਣਦੇ ਸੀਗੇ ਫਿਰ ਆ ਜਿਹੜਾ ਹਾਂ ਜਿਹੜਾ ਹੁਣ ਆ ਫਰਾਰ ਹੋ ਗਿਆ ਇਹਦੇ ਵਿੱਚ ਮੇਰਾ ਪੁਲਿਸ ਦਾ ਤਜਰਬਾ ਕਹਿੰਦਾ ਹੈ ਕਿ ਇਹ ਸ਼ਾਇਦ ਜਿਹੜੇ ਹੈਗੇ ਆ ਜਿਹੜਾ ਇਹ ਕੋਈ ਮਿਸਹੈਪਨਿੰਗ ਹੋਈ ਆ ਉਹ ਮੈਨੂੰ ਨਹੀਂ ਲੱਗਦਾ ਕਿ ਘਰੇ ਫੜਿਆ ਜਾਊਗਾ ਤਾਂ ਜਿਵੇਂ ਤੁਸੀਂ ਸਿੱਧੂ ਮੂਸੇਵਾਲੇ ਦੇ ਤੁਸੀਂ ਉਹਦਾ ਜ਼ਿਕਰ ਕੀਤਾ ਤਾਂ ਹੁਣ ਤੱਕ ਦੀ ਜਿਹੜੀ ਜਾਂਚ ਹੈ ਇੱਕ ਗਾਣਾ ਜਿਹੜਾ ਇੱਕ ਗਾਇਆ ਸੀਗਾ ਹੁਣ ਕਿਸੇ ਲੇਡੀ ਸਿੰਗਰ ਵੱਲੋਂ ਲੈਟਰ ਟੂ ਸੀਐਮ ਉਹ ਵੀ ਬੈਨ ਕਰਤਾ ਜੀ ਬੈਨ ਕਰਤਾ ਹਾਂ ਤੇ ਤੁਸੀਂ ਕਿੱਦਾਂ ਦੇਖਦੇ ਹੋ ਸਰਕਾਰ ਦੇ ਹੁਣ ਤੱਕ ਦੇ ਰਿਸਪੌਂਸ ਨੂੰ ਪੁਲਿਸ ਦੀ ਜਾਂਚ ਨੂੰ ਦੇਖੋ ਇਹ ਬਿਲਕੁਲ ਸਾਰੀ ਦੀ ਸਾਰੀ ਪ੍ਰੋਜੈਕਟਡ ਹੈ ਇਹਦੇ ਵਿੱਚ ਮੈਨੂੰ ਤਾਂ ਕੋਈ ਸੱਚ ਨਹੀਂ ਦਿਖਾਈ ਦਿੰਦਾ ਬੜੀ ਤਕਲੀਫ ਹੁੰਦੀ ਜਦੋਂ ਮੈਂ ਗੱਲ ਕਰਦਾ ਠੀਕ ਹੈ ਇਹ ਪ੍ਰੋਜੈਕਟਡ ਹੈ ਜੋ ਦਿਖਾਉਣਾ ਚਾਹੀਦਾ ਸੀਗਾ ਉਹ ਵਿਖਾਇਆ ਨਹੀਂ ਗਿਆ ਜੋ ਦਿਖਾਉਣਾ ਚਾਹੁੰਦੇ ਆ ਉਹ ਟੋਟਲ ਦਿਖਾਇਆ ਜਾ ਰਿਹਾ ਔਰ ਮੀਡੀਆ ਬਿਲਕੁਲ ਪੂਰੇ ਦਾ ਪੂਰਾ 100% ਰੋਲ ਅਦਾ ਕਰ ਰਿਹਾ ਜਿਸ ਦਿਨ ਦਾ ਉਹ ਇੰਸੀਡੈਂਟ ਹੋਇਆ ਪਹਿਲਾਂ ਤਾਂ ਉੱਥੇ ਉਹਦਾ ਉਹਦੀਆਂ ਲਾਸ਼ਾਂ 'ਤੇ ਜੋ ਕੁਛ ਹੋਇਆ ਤੁਹਾਡੇ ਸਾਹਮਣੇ ਜੋ ਪਰਿਵਾਰ ਦੇ ਨਾਲ ਜੋ ਹੋਇਆ ਅਤੇ ਇਹਨਾਂ ਨੇ ਕਿਵੇਂ ਉਹਨੂੰ ਕਵਰ ਕੀਤਾ ਅਤੇ ਚਲੋ ਮੈਂ ਤਾਂ ਕਦੇ ਭਾਵੇਂ ਨਹੀਂ ਗਿਆ ਪਰ ਦੇਖਦਾ ਰਹੇ ਨਾ ਸਾਰਾ ਕੁਛ ਤਾਂ ਮੀਡੀਆ ਦਾ ਰੋਲ ਬੜਾ ਨੈਗੇਟਿਵ ਰਿਹਾ ਪੁਲਿਸ ਦੀ ਜਿਹੜੀ ਜਿਹੜੀ ਵੀ ਉਹ ਸਟੋਰੀ ਹੈਗੀ ਮਤਲਬ ਮੇਰੇ ਤਾਂ ਕਦੇ ਵੀ ਹਜ਼ਮੀ ਨਹੀਂ ਆਈ ਮੈਂ ਤਾਂ ਕਦੇ ਵੀ ਇਸ ਗੱਲ ਨੂੰ ਐਡਮਿਟ ਨਹੀਂ ਕਰਦਾ ਤੁਹਾਨੂੰ ਕੀ ਲੱਗਦਾ ਕਿੱਦਾਂ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ ਨਹੀਂ ਇਨਵੈਸਟੀਗੇਸ਼ਨ ਤਾਂ ਫਿਰ ਹੋਣੀ ਚਾਹੀਦੀ ਜੇ ਠੀਕ ਹੋਵੇ ਤਾਂ ਸਾਹਮਣੇ ਦਿਖਾਈ ਦੇ ਜਾਵੇ ਮੇਰੀ ਕਿਹੜਾ ਮੈਨੂੰ ਕਿਹੜਾ ਕੋਈ ਤਕਲੀਫ ਹੈਗੀ ਵੀ ਮੈਂ ਜੇ ਕਰ ਰਿਹਾ ਤਾਂ ਮਤਲਬ ਕਿਉਂ ਨਹੀਂ ਕਿੱਥੇ ਕਿੱਥੇ ਤੁਸੀਂ ਉੱਥੇ ਉੱਥੇ ਨਾਲਾ ਜੋੜ ਕੇ ਤਾਂ ਵੇਖੋ ਨਾ ਵੀ ਕਿਸ ਤਰ੍ਹਾਂ ਦਾ ਇੰਸੀਡੈਂਟ ਸੀ ਠੀਕ ਹੈ ਅਫਸਰ ਜਿਹੜੇ ਹੈਗੇ ਆ ਉੱਥੇ ਜਿਹੜੇ ਲੱਗੇ ਹੋਏ ਆ ਅੱਜ ਉਹਦਾ ਦੋਸ਼ੀ ਫੜਿਆ ਜਾਂਦਾ ਜਿਹੜਾ ਫੜਿਆ ਪਿਆ ਉਹਦਾ ਦੋਸ਼ੀ ਉਹ ਵੀ ਭੱਜ ਜਾਂਦਾ SSP ਉਦੋਂ ਵੀ ਉਹ ਸੀ SSP ਹੁਣ ਵੀ ਉਹ ਠੀਕ ਹੈ ਇਨਵੈਸਟੀਗੇਸ਼ਨ ਜਿਸ ਤਰੀਕੇ ਨਾਲ ਮਤਲਬ ਮੇਨਲੀ ਤਾਂ ਕੀਤੀ ਦਿੱਲੀ ਪੁਲਿਸ ਨੇ ਇਹਨਾਂ ਦਾ ਕੀਤਾ ਘੱਟ ਤੇ ਫਿਰ ਤੁਸੀਂ ਕਿਵੇਂ ਸਮਝੋਗੇ ਵੀ ਇੱਥੇ ਮਤਲਬ ਕੀ ਹੈਗਾ ਤੇ ਇਹਦੇ ਪਿੱਛੇ ਉੱਪਰਲੀ ਸੋਇਆ ਜਿੱਥੇ ਮੈਂ ਵੀ ਨਹੀਂ ਕਹਿ ਸਕਦਾ ਕਿ ਮੈਂ ਅਥੈਂਟਿਕ ਗੱਲ ਤੁਹਾਨੂੰ ਦੱਸ ਸਕਾਂ ਪਰ ਇੰਨਾ ਕਲੀਅਰ ਹੈਗਾ ਵੀ ਜੋ ਵਿਖਾਇਆ ਜਾ ਰਿਹਾ ਉਹ ਨੇੜੇ ਤੇੜੇ ਵੀ ਨਹੀਂ ਹੈਗਾ ਔਰ ਉਹਦੇ ਵਿੱਚ ਤੁਸੀਂ ਸਟਾਰਟਿੰਗ ਯਾਦ ਹੋਊਗਾ ਵੀ ਇੱਕ ਬਹੁਤ ਸਫਿਸਟੀਕੇਟਡ ਗਨ ਚੱਲਣ ਦੇ ਗੱਲ ਆਈ ਸੀ ਕਾਰਤੂਸ ਮਿਲਣ ਦੀ ਗੱਲ ਆਈ ਸੀ ਗੱਲ ਖਤਮ ਜੇ ਕੋਈ ਆਈਆਂ ਸੀਗੀਆਂ ਸਾਲਟਾਂ ਹੀ ਚੱਲੀਆਂ ਹੋਣਗੀਆਂ ਤਾਂ ਉਹਦੇ ਕਾਰਤੂਸ ਅਮਨੀਸ਼ਨ ਤਾਂ ਪਤਾ ਲੱਗ ਜਾਂਦਾ ਵੀ ਕਿੱਥੋਂ ਇਸ਼ੂ ਹੋਇਆ ਬਿਲਕੁਲ ਠੀਕ ਕਿੱਥੇ ਗਏ ਸੀ ਸੋ ਮੈਨੀ ਥਿੰਗਸ ਜਿੱਥੇ ਆਪਾਂ ਇਹਨਾਂ ਚੀਜ਼ਾਂ ਦੇਖਦੇ ਹਾਂ ਜਿਹੜਾ ਤੁਸੀਂ ਦਿੱਲੀ ਪੁਲਿਸ ਦਾ ਜ਼ਿਕਰ ਕੀਤਾ ਧਾਲੀਵਾਲ ਸਾਹਿਬ ਦਾ ਵੀ ਕਾਫੀ ਜ਼ਿਕਰ ਆ ਰਿਹਾ ਹੈ ਨਾ ਮਤਲਬ ਕਿ ਜਿਹੜਾ ਇੰਟੈਲੀਜੈਂਸ ਆਫਿਸ ਤੇ ਹਮਲਾ ਹੋਇਆ ਸੀ ਉਹਦੇ ਬਾਬਤ ਵੀ ਹੁਣ ਇੱਕ ਹੋਇਆ ਤਾਂ ਜਿਹੜੀ ਦਿੱਲੀ ਪੁਲਿਸ ਦਾ ਸਪੈਸ਼ਲ ਸੈੱਲ ਹੈ ਪੰਜਾਬ ਦੇ ਮਾਮਲਿਆਂ ਦੇ ਵਿੱਚ ਜਿਹੜੇ ਲਾਅ ਐਂਡ ਆਰਡਰ ਦੇ ਇਸ਼ੂ ਨੇ ਉਹਦੇ ਵਿੱਚ ਜਿਹੜੀ ਉਹਨਾਂ ਦੀ ਲਗਾਤਾਰ ਇੰਟਰਵੈਂਸ਼ਨ ਹੈ ਉਹ ਇੰਟਰਵੈਂਸ਼ਨ ਨੂੰ ਤੁਸੀਂ ਲਾਅ ਐਂਡ ਆਰਡਰ ਤੇ ਫੈਡਰਲ ਸਿਸਟਮ ਦੇ ਐਂਗਲ ਤੋਂ ਕਿੱਦਾਂ ਦੇਖਦੇ ਹੋ ਪਹਿਲੀ ਗੱਲ ਤਾਂ ਤੁਹਾਡੇ ਸਵਾਲ ਦੇ ਵਿੱਚ ਥੋੜ੍ਹਾ ਜਵਾਬ ਆਪ ਹੀ ਤੁਸੀਂ ਦੱਸ ਦਿੱਤਾ ਠੀਕ ਹੈ ਵੀ ਉਹ ਇੰਟਰਵੈਂਸ਼ਨ ਹੈ ਸਭ ਤੁਹਾਡੇ ਧਿਆਨ 'ਚ ਤੁਸੀਂ ਮੈਨੂੰ ਤਾਂ ਹੀ ਪੁੱਛ ਤੇ ਦੇਖਿਆ ਨੂੰ ਹੁਣ ਕਿਵੇਂ ਜਾ ਸਕਦਾ ਜਿਵੇਂ ਤੁਸੀਂ ਦੇਖਦੇ ਹੋ ਮੈਂ ਦੇਖਦਾ ਜੇ ਮੈਂ ਫਿਰ ਹੋ ਕੇ ਦੇਖਣਾ ਹੈ ਹਾਂ ਤੁਸੀਂ ਪੁਲਿਸ ਦੇ ਰਹੇ ਹੋ ਤੁਹਾਡੇ ਨਿਗਾਹ ਤੋਂ ਹੀ ਦੇਖਦਾ ਨਹੀਂ ਮਤਲਬ ਕਿ ਤੁਸੀਂ ਪੁਲਿਸ 'ਚ ਰਹੇ ਹੋ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਤਾ ਠੀਕ ਹੈ ਇਸ ਐਂਗਲ ਤੋਂ ਮੈਂ ਤੁਹਾਨੂੰ ਪੁੱਛ ਪੁਲਿਸ ਡਿਪਾਰਟਮੈਂਟ 'ਚ ਕੋਈ ਇਨਵੈਸਟੀਗੇਸ਼ਨ ਕਿਸੇ ਨਾਲ ਮੈਚ ਨਹੀਂ ਕਰਦੀ ਹੁੰਦੀ ਇਸ ਮਹਿਕਮੇ ਦੀ ਮਤਲਬ ਇੱਕ ਖੂਬਸੂਰਤੀ ਇਹ ਹੈ ਕਿ ਇਹਦੀ ਨੌਕਰੀ ਕਿਉਂ ਲੋਕ ਅਸੀਂ ਜਿਹੜੇ ਹੈਗੇ ਆ ਪੂਰੇ ਆ ਸਕਦੇ ਹਾਂ ਕਿਉਂਕਿ ਕੋਈ ਵੀ ਦਿਨ ਜਿਹੜਾ ਹੈਗਾ ਉਹ ਪਿਛਲੇ ਦਿਨ ਵਰਗਾ ਨਹੀਂ ਹੁੰਦਾ ਕੋਈ ਵੀ ਜਿਹੜਾ ਹੈਗਾ ਬਣਾਇਆ ਹੋਇਆ ਰਸਤਾ ਨਹੀਂ ਹੈਗਾ ਜੀ ਤਾਂ ਚੱਲਣਾ ਹੁੰਦਾ ਹਰ
ਆਈਐਸ ਨੂੰ ਇੰਨੀ ਕਲੀਅਰ ਹੈ ਜੋ ਦਿਖਾਈ ਦੇ ਰਿਹਾ ਉਹ ਦੱਸ ਰਹੇ ਜੀ। ਠੀਕ ਹੈ, ਜਿਵੇਂ ਮਤਲਬ ਕਿ ਕਰੈਕਟਰ ਤੁਸੀਂ ਲੁਧਿਆਣੇ ਰਹੇ ਹੋ ਅਤੇ ਰਵਨੀਤ ਬਿੱਟੂ ਦਾ ਜ਼ਿਕਰ ਲਗਾਤਾਰ ਹੈ ਤਾਂ ਰਵਨੀਤ ਬਿੱਟੂ ਬਾਰੇ ਤੁਸੀਂ ਬੜੀ ਬੇਬਾਕੀ ਨਾਲ ਬੋਲਦੇ ਹੋ। ਤੁਸੀਂ ਇੱਕ ਸ਼ਬਦ ਜਿਹੜਾ ਉਹਨਾਂ ਦੇ ਪਰਿਵਾਰ ਬਾਰੇ ਬੋਲਿਆ ਜਾਂਦਾ ਇੱਕ ਸਿੱਖਾਂ ਦੇ ਹਿੱਸੇ ਦੇ ਵਿੱਚ ਬੇਅੰਤਾ ਬੁੱਚੜ, ਉਹਨਾਂ ਦੇ ਐਂਗਲ ਤੋਂ ਤੁਸੀਂ ਜਿਹੜੇ ਹੈਗੇ ਆ ਸਲੋਗਨ ਵੀ ਕੀਤੇ ਨੇ, ਬੋਲੇ ਵੀ ਹੋ, ਤਾਂ ਤੁਸੀਂ ਉੱਥੇ ਤੈਨਾਤ ਰਹੇ ਹੋ ਤਾਂ ਜਿਹੜੇ ਬੇਅੰਤਾ ਬੁ ਜੇ ਬੇਅੰਤ ਸਿੰਘ ਬੁੱਚੜ ਨੇ ਤਾਂ ਤੁਹਾਨੂੰ ਇੰਨੇ ਸਾਲਾਂ ਬਾਅਦ ਇਸ ਗੱਲ ਦੀ ਰਿਅਲਾਈਜ਼ੇਸ਼ਨ ਕਿਉਂ ਹੋਈ? ਕਿਉਂ ਮੇਰਾ ਯੂਨੀਫਾਰਮ ਦੀ ਜਿਹੜੀ ਕੈਦ ਸੀ ਉਹ ਛੋਟੀ ਸਮਝਿਆ ਤੁਸੀਂ? ਇੱਥੇ ਹੁਣ ਜਿਹੜੇ ਅਫਸਰ ਕੰਮ ਕਰ ਰਹੇ ਆ ਉਹ ਤਾਂ ਉਹ ਨਹੀਂ ਕਿਤੇ ਬੋਲਣਾ ਚਾਹੁੰਦੇ ਹੋਣਗੇ ਸ਼ਾਇਦ, ਅਤੇ ਯੂਨੀਫਾਰਮ ਕੈਦ ਹੁੰਦੀ ਹੈ। ਮੈਂ ਤਾਂ ਬੋਲ ਰਿਹਾ ਕਿ ਮੇਰੇ ਕੋਲ ਕੈਦ ਤੋਂ ਬਾਹਰ ਹੈ ਮੈਂ ਮੈਂ ਤਾਂ ਕਦੇ ਵੀ ਨਹੀਂ ਕਿਹਾ ਇਸ ਚੀਜ਼ ਨੂੰ ਬੜਾ ਮਿੱਥੋ, ਇਹ ਤੋਂ ਕੁਛ ਨਾਮ ਵੀ ਪੁੱਛ ਲੈਂਦੇ ਤੁਸੀਂ ਪਹਿਲਾਂ ਕਿਉਂ ਨਹੀਂ ਬੋਲੇ? ਪਹਿਲਾਂ ਜੇਲ੍ਹ ਵਿੱਚ ਸੀ ਅਸੀਂ, ਵਰਦੀ ਦੀ ਵੀ ਜੇਲ੍ਹ ਹੁੰਦੀ ਹੈ, ਦੇਖਣ ਨੂੰ ਲੱਗਦੀ ਹੁੰਦੀ ਹੈ, ਬਹੁਤ ਵੱਡੀ ਜੇਲ੍ਹ ਹੈ ਵਰਦੀ ਦੀ, ਉਹ ਤਾਂ ਸਾਨੂੰ ਵੀ ਨਹੀਂ ਪਤਾ ਸੀ। ਜਦੋਂ ਇਹਨਾਂ ਨੇ ਉਹ ਜੇਲ੍ਹ ਤੋੜੀ ਹੈ ਅਤੇ ਫਿਰ ਉਹ 'ਚ ਬਾਅਦ ਪਤਾ ਲੱਗਿਆ ਸਾਨੂੰ ਆ ਕੇ ਵੀ ਇਹ ਤਾਂ ਇਸ ਤੋਂ ਬਾਅਦ ਬਹਿ ਕੇ ਕੁਛ ਹੋਰ ਚੀਜ਼ਾਂ, ਮੈਨੂੰ ਲੋਕ ਬੜੇ ਕਹਿੰਦੇ ਜੁਆਇਨ ਕਰੋਗੇ ਤੁਸੀਂ ਦੁਬਾਰਾ, ਮੈਂ ਕਿਹਾ ਮੈਂ ਭਾਗ ਲੱਗ ਕੇ ਦੁਬਾਰਾ ਜੁਆਇਨ ਕਰੂੰਗਾ। ਠੀਕ ਹੈ, ਮੈਨੂੰ ਤਾਂ ਪਤਾ ਹੀ ਹੁਣ ਲੱਗਿਆ ਕਿ ਮਤਲਬ ਇਹ ਕਿੱਡੀ ਵੱਡੀ ਜੇਲ੍ਹ ਸੀ ਜਿਹੜੀ ਖਤਮ ਹੋ ਗਈ ਸਾਡੀ। ਨਹੀਂ, ਪੁਲ ਤੋੜਤਾ ਹੁਣ ਤੁਸੀਂ? ਤਾਂ ਪੁਲ ਟੁੱਟ ਚੁੱਕਿਆ ਇਹਨਾਂ ਨੇ ਤੋੜਿਆ, ਮੈਂ ਥੋੜ੍ਹਾ ਤੋੜਿਆ, ਇਹਨਾਂ ਨੇ ਤੋੜਿਆ ਤਾਂ ਮੈਨੂੰ ਤਾਂ ਪਤਾ ਲੱਗ ਗਿਆ ਵੀ ਇਹ ਠੀਕ ਹੋ ਗਿਆ। ਤੋੜਿਆ ਤਾਂ ਇਹਨਾਂ ਨੇ, ਉਹ ਕਈ ਵਾਰੀ ਕੁਛ ਚੀਜ਼ਾਂ ਤੁਹਾਡੀਆਂ ਕੀਤੀਆਂ ਰਿਐਕਸ਼ਨ ਕਰ ਜਾਂਦੀਆਂ, ਕੰਮ ਇਹਨਾਂ ਨੇ ਕੀਤਾ, ਗੁਨਾਹ ਮੇਰੇ ਜਿਹੜੇ ਇਹਨਾਂ ਦੇ ਖਾਤੇ ਮੇਰੇ ਪਏ। ਠੀਕ ਹੈ, ਬਿਨਾਂ ਗੱਲ ਤੋਂ ਇਹਨਾਂ ਨੇ ਮੈਨੂੰ ਇੱਕ ਠੀਕ ਤਫਤੀਸ਼ ਦੇ ਵਿੱਚ ਡਿਸਮਿਸ ਕਰਤਾ, ਸਾਰੀ ਦੁਨੀਆ ਜਾਣਦੀ ਹੈ। ਤਾਂ ਲੋਕਾਂ ਦਾ ਤਾਂ ਮੇਰੇ ਨਾਲ ਇੱਕ ਉਹ ਹਮਦਰਦੀ ਵਾਲਾ ਰਵੱਈਆ ਹੀ ਹੈ ਨਾ। ਠੀਕ ਹੈ, ਮੇਰੇ ਕੋਲ ਤਾਂ ਦੋ ਪਾਸੇ ਬੈਨੀਫਿਟ ਹੈ। ਠੀਕ ਹੈ, ਲੋਕ ਵੀ ਕਿੰਨੇ ਮੇਰੇ ਨਾਲ ਨੇ ਕਿ ਇਹਦਾ ਧੱਗਾ ਹੋਇਆ, ਅਤੇ ਮੈਨੂੰ ਵੀ ਰਿਲਾਈਜ਼ ਹੋ ਗਿਆ ਕਿ ਇਹ ਚੰਗਾ ਹੋ ਗਿਆ ਜੋ ਹੋਇਆ ਸੀ। ਅੱਜ ਮੈਂ ਜੋ ਗੱਲ ਕਰ ਰਿਹਾ, ਜੋ ਮੈਂ ਬੋਲ ਰਿਹਾ, ਤੁਸੀਂ ਲੋਕ ਵੀ ਬੈਠੇ ਹੋ, ਆਪਾਂ ਅਗਰ ਡਿਸਕਸ ਕਰ ਰਹੇ ਹਾਂ, ਹਾਊ ਇਟ ਕੈਨ ਪੋਸੀਬਲ ਕਿ ਤੁਸੀਂ ਪੁਲਿਸ ਦੀ ਡਿਪਾਰਟਮੈਂਟ ਦੀ ਨੌਕਰੀ ਦੇ ਵਿੱਚ ਕਰ ਸਕਦੇ ਹੋ? ਹੋਰ ਵੀ ਬਹੁਤ ਲੋਕ ਹੋਣਗੇ ਕਰ ਸਕਦੇ, ਇਹ ਕਰਨਾ ਚਾਹੁੰਦੇ ਹੋਣਗੇ। ਅਤੇ ਤੁਹਾਨੂੰ ਲੱਗਦਾ ਫਿਰ ਵੀ ਕਿ ਪੰਜਾਬ ਦੇ ਵਿੱਚ ਜੇ ਬੇਅੰਤ ਸਿੰਘ ਦਾ ਪਰਿਵਾਰ ਬੁੱਚੜ ਆ ਜਾਂ ਉਹਨਾਂ ਦਾ ਪੀਰੀਅਡ ਉਹ ਇੱਕ ਜ਼ਾਲਮ ਪੀਰੀਅਡ ਹੈ, ਤਾਂ ਟਰੁੱਥ ਐਂਡ ਰੀਕਨਸੀਕਲੇਸ਼ਨ ਕਮਿਸ਼ਨ ਜਿਹੜੀ ਲਗਾਤਾਰ ਵਾਜਾਂ ਉੱਠਦੀਆਂ ਨੇ ਕਿ ਉਹਨਾਂ ਉਸ ਦੌਰ ਦੀਆਂ ਫੇਕ ਇਨਕਾਊਂਟਰ ਜਿਹੜੀਆਂ ਹੋਈਆਂ ਨੇ ਉਹਨੂੰ ਦੇਖਿਆ ਜਾਵੇ, ਤੁਸੀਂ ਮੰਨਦੇ ਹੋ ਇਸ ਗੱਲ ਨੂੰ ਕਿ ਟਰੁੱਥ ਐਂਡ ਰੀਕਨਸੀਲੇਸ਼ਨ ਕਮਿਸ਼ਨ ਬਣਨਾ ਚਾਹੀਦਾ? ਹੁਣ ਜਸਵੰਤ ਸਿੰਘ ਖਾੜੇ ਨੂੰ ਤੁਸੀਂ ਲੈ ਲਓ, ਠੀਕ ਹੈ, ਉਹਨਾਂ ਦਾ ਹਸਰ ਵੇਖ ਲਓ ਕੀ ਹੋਇਆ ਸੀ ਕਮਿਸ਼ਨ। ਹੁਣ ਇਹ ਜਿਹੜੇ ਕੁਛ ਚੀਜ਼ਾਂ ਬਣਾ ਦਿੱਤੀਆਂ ਜਾਂਦੀਆਂ ਨਾ, ਪ੍ਰੈਜੀਡੈਂਟ ਬਣਾ ਦਿੱਤੇ ਜਾਂਦੇ, ਉੱਥੇ ਫਿਰ ਲੋਕ ਜਿਹੜੇ ਹੁੰਦੇ ਉਹਨਾਂ ਚੀਜ਼ਾਂ 'ਤੇ ਗਾਂ ਹਿੰਮਤ ਨਹੀਂ ਕਰਦੇ। ਅੱਜ ਕੌਣ ਦੁਆਰਾ ਉਹਨੂੰ ਹਿੰਮਤ ਕਰੂਗਾ, ਮਤਲਬ ਉਸ ਮੌਤ ਦੇ ਖੂਹ ਵਿੱਚ ਛਾਲ ਮਾਰ ਦੀ ਜੇ ਜਸਵੰਤ ਖਾੜੇ ਉਹਨਾਂ ਨੇ ਮਾਰੀ? ਤਾਂ ਇਸ ਕਰਕੇ ਆਲਰੇਡੀ ਜੇ ਦੇਖਣਾ ਹੋਵੇ ਤਾਂ ਸਾਰਾ ਕੁਛ ਉਹਨਾਂ ਦਾ ਕੀਤਾ ਕਿਤਾਇਆ ਪਿਆ, 25,000 ਲਾਸ਼ਾਂ ਤਾਂ ਉਹਨਾਂ ਦੇ ਹਿਸਾਬ ਨਾਲ। ਫਿਰ ਇਹ ਜਿਹੜੀ ਸਾਰੀ ਟਰਮੀਨੋਲੋਜੀ ਯੂਜ਼ ਕੀਤੀ ਜਾਂਦੀ ਹੈ, ਫਿਰ ਪੋਲੀਟੀਕਲ ਸਲੋਗਨਿੰਗ ਤੱਕ? ਬਿਲਕੁਲ ਬਿਲਕੁਲ ਕੁਛ ਨਹੀਂ ਹੈਗਾ। ਜਿਹੜੇ ਬੰਦੇ ਵੀ ਅਪੁਆਇੰਟ ਕੀਤੇ ਜਾਂਦੇ ਆ ਇਹੋ ਜਿਹੀਆਂ ਕੰਸਟੀਟਿਊਸ਼ਨ ਪੋਸਟਾਂ 'ਤੇ, ਉਹ ਪਹਿਲੇ ਵਿਕ ਕੇ ਆਏ ਹੁੰਦੇ, ਉਹਨਾਂ ਦੇ ਪੱਲੇ ਕੁਛ ਹੁੰਦਾ ਨਹੀਂ, ਗੁਲਾਮੀ ਦੇ ਵਿੱਚੋਂ ਨਿਕਲ ਕੇ ਆਏ ਹੁੰਦੇ ਆ, ਪੈਰਾਂ 'ਚ ਗੋਡਿਆਂ 'ਚ ਬੈਠ ਕੇ ਸੀਟਾਂ 'ਤੇ ਪਹੁੰਚਦੇ। ਸਰਕਾਰ ਨਹੀਂ ਕਰਦੀ, ਪਰ ਉਹਦੇ 'ਚੋਂ ਇਹ ਇੱਕ ਵੀ ਨਾ ਜੇ ਫਾਲਟ ਲਾਈਨ ਬਣੀ ਰਹਿੰਦੀ ਹੈ ਸਮਾਜ ਦੇ ਵਿੱਚ, ਤਾਂ ਜਿਹੜੇ ਅਸੀਂ ਦੇਖੀਏ ਅੰਮ੍ਰਿਤਪਾਲ ਵਰਗੇ ਵਰਤਾਰੇ ਜਾਂ ਰੈਡੀਕਲਿਜ਼ਮ ਦੇ ਵਰਤਾਰੇ, ਉਹ ਜੋ ਸਵਾਲ ਹੱਲ ਨਹੀਂ ਹੁੰਦੇ, ਫਿਰ ਲੋਕ ਦੂਜੇ ਪਾਸੇ ਵੀ ਜਾ ਸਕਦੇ ਨੇ। ਲੋਕਾਂ ਕੋਲ ਕੀ ਆਪਸ਼ਨ ਹੈ? ਫਿਰ ਲੋਕ ਤਾਂ ਕਰਨਗੇ ਨਾ। ਹੁਣ ਲੋਕਾਂ ਨੇ ਤਾਂ ਦੇਖੋ ਕਿਸੇ ਜਿੱਧਰ ਆਸ ਦਿਖਾਈ ਦਿੰਦੀ ਹੈ, ਲੋਕ ਤਾਂ ਹੁਣ ਆਪ ਵਾਲਿਆਂ ਵੱਲ ਗਏ ਨਹੀਂ, ਕਿਉਂਕਿ ਦੋਨਾਂ ਪਾਰਟੀਆਂ ਰਵਾਇਤੀ ਜਿਹੜੀ ਸੀ ਉਹਨਾਂ ਨੇ ਦੇਖ ਲਿਆ ਸੀ ਪੰਜਾਬ ਦਾ ਹਾਲਾਤ ਕੀ ਬਣ ਦਿੱਤੇ, ਅਤੇ ਗਾਂ ਇਹਨਾਂ ਦੇ ਬਾਰੇ ਕੁਛ ਲੋਕਾਂ ਨੂੰ ਸ਼ੱਕ ਸੀਗਾ, ਸਾਡੇ ਵਰਗਿਆਂ ਨੂੰ ਵੀ ਇਹਨਾਂ ਨੇ ਵੀ ਠੀਕ ਨਹੀਂ ਕਰਨਾ, ਉਹ ਸ਼ੱਕ ਯਕੀਨ 'ਚ ਬਦਲ ਗਿਆ। ਲੋਕ ਹੁਣ ਕਰਨ ਵੀ ਕੀ? ਲੋਕਾਂ ਕੋਲ ਕੋਈ ਆਪਸ਼ਨ ਨਹੀਂ ਹੈ, ਨਹੀਂ ਅਸੀਂ ਜਿਹੜਾ ਮਤਲਬ ਪੰਜਾਬ ਦਾ ਕੋਈ ਚੌਥਾ ਬਦਲ ਦੇ ਹੀ ਨਹੀਂ ਸਕਦੇ, ਇੰਨੇ ਯੋਗੇ ਅਸੀਂ ਹੈ ਹੀ ਨਹੀਂ। ਬੁੱਧੀਜੀਵੀ ਸਾਡੇ ਇਕੱਠੇ ਹੁੰਦੇ ਆ, ਅੱਜ ਤੁਸੀਂ ਨੋਟ ਕੀਤਾ ਹੋਣਾ ਕਿੰਨੇ ਲੋਕ ਇਕੱਠੇ ਹੋਏ ਸੀ ਅਤੇ ਕੀ ਵਿਚਾਰਾਂ ਹੋਈਆਂ, ਅਤੇ ਵਿਚਾਰਾਂ ਹੀ ਕਰਦੇ ਆ। ਅਜੇ ਕਹਿੰਦੇ ਜੀ ਅਸੀਂ ਨਿਸ਼ਾਨਦੇਹੀ ਕਰਨੀ ਹੈ ਪੰਜਾਬ ਦੀਆਂ ਪ੍ਰੋਬਲਮ ਦੀ, ਅਜੇ ਵੀ ਲੋੜ ਹੈ ਪੰਜਾਬ ਦੀਆਂ ਪ੍ਰੋਬਲਮ ਦੀ ਨਿਸ਼ਾਨਦੇਹੀ ਕਰਨ ਵਾਸਤੇ? ਸਵਾਲ ਤੁਹਾਨੂੰ, ਯੂਥ ਤੁਹਾਡੇ ਦਾ ਸਾਹਮਣੇ ਖਤਮ ਹੋਇਆ ਪਿਆ, ਤੁਹਾਡਾ ਜਵਾਨੀ ਤੁਹਾਡੀ ਖਤਮ ਹੋ ਗਈ, ਨਸ਼ਿਆਂ ਨੇ ਮਾਰ ਦਿੱਤਾ, ਅਨਇੰਪਲਾਇਮੈਂਟ ਨੇ ਮਾਰ ਦਿੱਤਾ, ਤੁਹਾਡੇ ਕੋਲ ਐਜੂਕੇਸ਼ਨ ਉਹ ਸਟੈਂਡਰਡ ਦੀ ਨਹੀਂ ਹੈਗੀ ਜਿਹੜੀ ਕਿ ਮਤਲਬ ਕਿਤੇ ਵੀ ਇੰਟਰਨੈਸ਼ਨਲ ਕਿਤੇ ਜਾ ਕੇ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਕਿਤੇ ਕੰਮ ਮਿਲ ਸਕਦਾ ਹੋਵੇ, ਤੁਹਾਡੇ ਕੋਲ ਹੈ ਹੀ ਕੁਛ ਨਹੀਂ ਹੈਗਾ, ਅਤੇ ਅੱਜ ਆਪਾਂ ਸੋਚਦੇ ਹਾਂ ਵਿਚਾਰ ਕਰ ਰਹੇ ਹਾਂ। ਤਾਂ ਤੁਸੀਂ, ਮੈਂ ਸਿੱਧਾ ਸਵਾਲ ਤੁਹਾਨੂੰ ਕਰਾਂ, ਪੰਜਾਬ ਦੀ ਜਿਹੜੀ ਸਿਵਲ ਸੁਸਾਇਟੀ ਹੈ, ਹੁਣ ਤੁਸੀਂ ਵੀ ਉਹਦਾ ਪਾਰਟ ਬਣੇ ਹੋਏ, ਤੁਸੀਂ ਕੰਮ ਬੋਲਦੇ ਹੋ, ਹੋਰ ਤੁਸੀਂ ਇੰਟਲੈਕਚੁਅਲਸ ਨੂੰ ਵੀ ਮਿਲਦੇ ਹੋ, ਹੁਣ ਤੱਕ ਤੁਸੀਂ ਦੇਖਦੇ ਹੋ, ਤੁਸੀਂ ਕੀ ਸਮਝਦੇ ਹੋ ਕਿ ਕਿੱਥੇ ਖੜੀ ਹੈ ਸਿਵਲ ਸੁਸਾਇਟੀ? ਮੈਂ ਤਾਂ ਇਹਨਾਂ ਮੁਰਦਿਆਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਜਿਨ੍ਹਾਂ ਨੂੰ ਨਾ ਮੌਤ ਆਉਂਦੀ ਹੈ ਨਾ ਇਹ ਕੁਛ ਕਰਦੇ ਆ। ਠੀਕ ਹੈ, ਅਸੀਂ ਵੀ ਉਹਨਾਂ 'ਚ ਸ਼ਾਮਿਲ ਹੋ ਜਾਵਾਂਗੇ ਹੌਲੀ ਹੌਲੀ, ਮੈਂ ਵੀ 59 ਦਾ ਹੋਇਆ ਵਿਆ, ਅਤੇ ਅਸੀਂ ਵੀ ਉਸ ਪਾਸੇ ਜਾ ਰਹੇ ਹਾਂ, ਪਰ ਕਿਉਂਕਿ ਇਸ ਝਟਕੇ ਨਾਲ ਕੁਛ ਜਾਗ ਆਈ ਹੈ, ਜਾਗਾ ਕੇ ਵੇਖਿਆ ਵੀ ਜੇ ਇਹ ਸਿਸਟਮ ਢਹਿ ਸਕਦਾ ਤਾਂ ਟਰਾਇਆ ਕਿਉਂ ਨਾ ਜਾਵੇ, ਤਾਂ ਮੈਂ ਇਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰਦਾ ਵੀ ਤੁਸੀਂ ਮਤਲਬ ਗਾਂ ਅਲਾਦਾਂ ਤਾਂ ਸਾਡੀਆਂ ਹੀ ਨਾ, ਜੇ ਤੁਹਾਡੇ ਘਰ ਨਹੀਂ ਜੰਮੇ ਤਾਂ ਕਿਸੇ ਭੈਣ ਭਰਾ ਦੇ ਹੋਣਗੇ, ਨਹੀਂ ਜੰਮਣਗੇ ਤੁਹਾਡੇ ਸਟੇਟ ਦੇ ਤਾਂ ਹੈਗੇ ਆ, ਪੁੱਤ ਤਾਂ ਸਾਡਾ ਹੀ ਹੈ। ਜੇ ਮੇਰੇ, ਮੈਂ ਕਹਾਂ ਗੈਂਗਸਟਰਾਂ ਬਾਰੇ ਗੱਲ ਚੱਲਦੀ ਆ,
ਇਹ ਹੁੰਦਾ ਮੈਂ ਜਿੱਥੇ ਵੀ ਜਾ ਕੇ ਇਹਨਾਂ ਨੂੰ ਕੋਸ਼ਿਸ਼ ਕਰਦਾ ਵੀ ਸਲਾਹਾਂ ਕਰਦਿਆਂ ਜਿਹੜੀਆਂ ਹੈਗੀਆਂ ਤੁਸੀਂ ਤੁਹਾਨੂੰ ਯਾਦ ਹੀ ਨਹੀਂ ਆ ਹੁਣੇ ਹੀ ਮੈਂ ਇੱਕ ਬਜ਼ੁਰਗ ਬੰਦੇ ਨੂੰ ਪੁੱਛ ਰਿਹਾ ਸੀ ਕਹਿੰਦਾ ਅਸੀਂ ਹੁਣ ਕੁਛ ਕਰਾਂਗੇ ਮੈਂ ਕਿਹਾ ਤੁਹਾਨੂੰ ਪਤਾ ਵੀ ਖਬਰਾਂ ਖਤਮ ਹੋਣ ਵਾਲੀਆਂ ਠੀਕ ਹੈ ਕਦੋਂ ਕਰੋਗੇ ਪਤਾ ਤੁਹਾਨੂੰ ਯਾਦ ਵੀ ਨਹੀਂ ਵੀ ਮੌਤ ਵੀ ਆਉਣੀ ਹੈ ਤੁਸੀਂ ਸਲਾਹਾਂ ਹੀ ਕਰੀ ਜਾਂਦੇ ਹੋ ਅਗਲੀ ਜਨਰੇਸ਼ਨ ਵਾਸਤੇ ਆਪਾਂ ਕਰਾਂਗੇ ਕੀ ਤੁਸੀਂ ਕੋਸ਼ਿਸ਼ ਕਰ ਰਹੇ ਹਾਂ ਜੀ ਤਾਂ ਨਵਜੋਤ ਸਿੱਧੂ ਹੁਣ ਪੰਜਾਬ ਦੇ ਪੋਲੀਟੀਕਲ ਸੀਨ 'ਚ ਨਹੀਂ ਹੈਗੇ ਜਿਹੜੇ ਵੀ ਉਹਨਾਂ ਦੇ ਕ੍ਰਿਟਿਕ ਸੀਗੇ ਚਾਹੇ ਕਾਂਗਰਸ ਪਾਰਟੀ 'ਚ ਸੀਗੇ ਜਾਂ ਤੁਹਾਡੇ ਵਰਗੇ ਲੋਕ ਸੀ ਇਹ ਲੋਕ ਕਹਿ ਰਹੇ ਨੇ ਕਿ ਹੁਣ ਤਾਂ ਨਵਜੋਤ ਸਿੱਧੂ ਨਹੀਂ ਕੰਮ ਕਰ ਰਹੇ ਜਿਹੜੇ ਅੜਿੱਕੇ ਉਹਨਾਂ ਨੇ ਪਾਏ ਹੋਏ ਸੀ ਉਹ ਅੜਿੱਕੇ ਹੁਣ ਤਾਂ ਖਾਲੀ ਨੇ ਹੁਣ ਉਹ ਸਾਰੇ ਲੋਕ ਗੈਪ ਨੂੰ ਭਰ ਕਿਉਂ ਨਹੀਂ ਰਹੇ ਸਰਕਾਰ ਨੂੰ ਘੇਰ ਕਿਉਂ ਨਹੀਂ ਰਹੇ ਦੇਖੋ ਨਵਜੋਤ ਸਿੱਧੂ ਦਾ ਮੈਂ ਕ੍ਰਿਟਿਕ ਨਹੀਂ ਮੈਂ ਉਹਦਾ ਪਾਸ਼ਕ ਸੀ ਠੀਕ ਹੈ ਅੱਜ ਜੇ ਮੈਂ ਕਿੱਥੇ ਬੈਠਾ ਇਹਦੇ ਦੋਨੋਂ ਆਸਪੈਕਟ ਨਵਜੋਤ ਸਿੱਧੂ ਨੂੰ ਜਾਂਦੇ ਉਹ ਜੇ ਇਹ ਮਤਲਬ ਸਟਰੈਂਥ ਦੇ ਕੇ ਮੈਥੋਂ ਇਹ ਨਾ ਜਾਂ ਉਹਦਾ ਭੁਲੇਖਾ ਨਾ ਹੁੰਦਾ ਵੀ ਬੜਾ ਇਮਾਨਦਾਰ ਆ ਬੜਾ ਮਤਲਬ ਉਹ ਹੈਗਾ ਮਤਲਬ ਜ਼ੁਰਤ ਵਾਲਾ ਜੇ ਉਸ ਸਿਸਟਮ ਕਰਕੇ ਮੈਂ ਇੱਕ ਰੂਟੀਨ ਦੀ ਨੌਕਰੀ ਕਰਨ ਵਾਲੇ ਬੰਦੇ ਨੇ ਇੱਕ ਐਸੀ ਇਨਕੁਆਇਰੀ ਕੀਤੀ ਜਿਹਦੇ 'ਚ 3 IAS ਅਫਸਰ ਇਨਵੋਲਵ ਕਰ ਦਿੱਤੇ ਇੱਕ ਮੰਤਰੀ ਇਨਵੋਲਵ ਕਰ ਦਿੱਤਾ ਉਹਦਾ ਕਰੈਕਟਰ ਤਾਂ ਬਾਅਦ 'ਚ ਪਤਾ ਲੱਗਿਆ ਨਾ ਵੀ ਉਹ ਕੀ ਹੈਗਾ ਤਾਂ ਉਹ ਲੋਕ ਜੇ ਇੰਨੇ ਜੋਗੇ ਹੁੰਦੇ ਤਾਂ ਉਦੋਂ ਹੀ ਇਹਨਾਂ ਚੀਜ਼ਾਂ ਨੂੰ ਇਹਨਾਂ ਕੇਸਾਂ ਨੂੰ ਹੀ ਮਤਲਬ ਚੱਕ ਕੇ ਅੱਜ ਪੰਜਾਬ ਦੇ ਹੀਰੋ ਹੁੰਦੇ ਠੀਕ ਹੈ ਉਹ ਆਪਣਾ ਕੋਈ ਸਿਸਟਮ ਪਹਿਲਾਂ ਖੜਾ ਕਰ ਲੈਂਦਾ ਬਜਾਏ ਕਾਂਗਰਸ ਦੇ ਵਿੱਚ ਉਹਨੇ ਕਾਂਗਰਸ ਨੂੰ ਮੇਰਾ ਖਿਆਲ ਹੈ ਬਰਬਾਦ ਕਰਨ ਦਾ ਠੇਕਾ ਲਿਆ ਹੋਇਆ ਸੀ ਜੋ ਲੱਗਦਾ ਇੰਡਾਇਰੈਕਟਲੀ ਕਿਉਂਕਿ ਅੱਜ ਕੱਲ੍ਹ ਇੱਕੋ ਇੱਕ ਮੂਵ ਚੱਲ ਰਹੀ ਸਾਰੀ ਆਪਣੇ ਇੰਡੀਆ ਦੇ ਵਿੱਚ ਵੀ ਕਾਂਗਰਸ ਮੁਕਤ ਤੋ ਕਾਂਗਰਸ ਦੀ ਮੁਕਤੀ ਦਾ ਬਹੁਤ ਵੱਡਾ ਰੋਲ ਤੁਹਾਡੇ ਸਾਹਮਣੇ ਸਿੱਧੂ ਨੇ ਕਰਦੇ ਪਏ ਸਿੱਧੂ ਸਾਹਿਬ ਵੀ ਉਹ ਪ੍ਰੋਜੈਕਟ ਦਾ ਹਿੱਸਾ ਸੀ ਮੈਨੂੰ ਲੱਗਦਾ ਕਿ ਉਹ ਉਹਦਾ ਪ੍ਰੋਜੈਕਟ ਦਾ ਹਿੱਸਾ ਨਾ ਹੁੰਦਾ ਤਾਂ ਮਤਲਬ ਐਡੀ ਵੀ ਨਹੀਂ ਗੱਲ ਹੁੰਦੀ ਕਿ ਲੋਕਾਂ ਦੇ ਵਿੱਚ ਵੀ ਆਪਾਂ ਮਤਲਬ ਇਸ ਸਟੇਜ ਤੇ ਬੈਠੇ ਹੋਈਏ ਇਸ ਹਾਈਟ ਤੇ ਬੈਠੇ ਹੋਈਏ ਤੇ ਇੰਨੇ ਬਚਕਾਨੇ ਤੇ ਇੰਨੇ ਮਤਲਬ ਆਪਣੇ ਆਪ ਨੂੰ ਰੱਖੀਏ ਬਾਕੀ ਉਹਦੇ ਬਾਰੇ ਤਾਂ ਤੁਸੀਂ ਵੇਖੀਏ ਕਿ ਉਹਦੇ ਕਿੰਨੇ ਜਿਹੜੇ ਇੱਕ ਬੰਦੇ ਬਾਰੇ ਕਿੰਨੇ ਕਿੰਨੇ ਬਿਆਨ ਉਹਦੇ ਵੱਖਰੇ ਹੈ ਜਿਹੜੀ ਸਟੇਟ ਜਾਂਦਾ ਪਾਰਟੀ 'ਚ ਉਹਦੇ ਬਾਰੇ ਕਿਵੇਂ ਬੋਲਦਾ ਜਿਹਨੂੰ ਛੱਡ ਜਾਂਦਾ ਉਹਦੇ ਬਾਰੇ ਕਿਵੇਂ ਬੋਲਦਾ ਹੁਣ ਜੇਲ ਜਦੋਂ ਕੈਦ ਮੁੱਕ ਜੂਗੀ ਤਾਂ ਤੁਸੀਂ ਕੀ ਸਮਝਦੇ ਹੋ ਨਾ ਸਿਆਸੀ ਭੁੱਖ ਕੀ ਹੈ ਪੰਜਾਬ ਦੇਖੋ ਪੰਜਾਬ ਨੂੰ ਬੜੀ 4-5 ਮਹੀਨਿਆਂ ਤੋਂ ਇੱਕ ਨੋਇਜ਼ ਪੋਲੂਸ਼ਨ ਤੋਂ ਸ਼ਾਂਤੀ ਮਿਲੀ ਹੋਈ ਹੈ ਠੀਕ ਹੈ ਜਿੱਦਣ ਦਾ ਉਹ ਅੰਦਰ ਹੋਇਆ ਲੋਕ ਥੋੜ੍ਹੇ ਜਿਹੇ ਜਿਹੜਾ ਉਹ ਸਾਰੇ ਦਿਨ ਦੀ ਉਹਦੀ ਜੋ ਬਕ ਬਕ ਸੀਗੀ ਲੋਕਾਂ ਨੂੰ ਸੁਣਨੀ ਪੈਂਦੀ ਸੀਗੀ ਉਹ ਤਾਂ ਬੜੀ ਸ਼ਾਂਤੀ ਹੈਗੀ ਠੀਕ ਹੈ ਤਾਂ ਆਉਣ ਵਾਲੇ ਸਮੇਂ 'ਚ ਇੱਕ ਵਾਰੀ ਤਾਂ ਦੇਖੋ ਜਿਹੜਾ ਦੀਵਾ ਬੁਝਣ ਤੋਂ ਪਹਿਲਾਂ ਭਾਂਬੜ ਵੱਡਾ ਛੱਡਦਾ ਹੁੰਦਾ ਉਹ ਆ ਕੇ ਰੌਲਾ ਰੱਪਾ ਦਾ ਪਾਊਗਾ ਪਰ ਉਹਦੇ ਮਗਰ ਕੌਣ ਹੈ ਉਹਦੇ ਮਗਰ ਮੁਲਾਕਾਤ ਕਰਨ ਤੱਕ ਕਾਂਗਰਸ ਦਾ ਨਹੀਂ ਆਗਾ ਕਿਹੜੇ ਲੋਕ ਹੈਗੇ ਜਿਹੜੇ ਅੱਜ ਤੇ ਉਹਦਾ ਜਿਹੜਾ ਉਹ ਲੈ ਚੁੱਕਿਆ ਜਿਹੜਾ ਭੂਤ ਹੈਗਾ ਉਹ ਦੁਨੀਆ ਨੂੰ ਪਤਾ ਲੱਗ ਗਿਆ ਸਾਡੇ ਵਰਗਿਆਂ ਨੇ ਬਿਲਕੁਲ ਐਨ ਫੋਟੋਆਂ ਚੰਗੀ ਤਰ੍ਹਾਂ ਕਰਕੇ ਵਿਖਾਤੀਆਂ ਵੀ ਅਸਲ ਕੈਰੈਕਟਰ ਕੀ ਹੈ ਮੈਂ ਕਹਿੰਦਾ ਪੋਲੀਟੀਸ਼ੀਨਾਂ ਦੀ ਦਰਜਾਬੰਦੀ ਵਿੱਚ ਸਭ ਤੋਂ ਥੱਲੇ ਦਾ ਆਦਮੀ ਆ ਉਹ ਇਮਾਨਦਾਰ ਲੋਕ ਉਹਨੂੰ ਕਹਿੰਦੇ ਉਸ ਤੋਂ ਵੱਡਾ ਬੇਈਮਾਨ ਕੋਈ ਨਹੀਂ ਮੈਂ ਆਪ ਗਵਾਹ ਇਹਨਾਂ ਚੀਜ਼ਾਂ ਦਾ ਮੈਂ ਐਵੀਡੈਂਸ ਮੈਂ ਵਿਜੀਲੈਂਸ ਦੀਆਂ ਫਾਈਲਾਂ ਪਈਆਂ ਜਿਹਦੇ ਵਿੱਚ ਇਹਨਾਂ ਨੇ ਡਰਾਫਟਾਂ ਦੇ ਰੂਪ ਵਿੱਚ ਰਿਸ਼ਵਤ ਲਈ ਹੋਈ ਹੈ ਬਾਕੀ ਤਾਂ 2 ਨੰਬਰ 'ਚ ਲੈਂਦੇ ਆ ਇਸ ਕਰਕੇ ਜਿਹੜੇ ਇਹ ਚੀਜ਼ਾਂ ਜਿਹੜੀਆਂ ਆਫਟਰ ਆਲ ਸਾਹਮਣੇ ਆ ਗਈਆਂ ਨਾ ਆ ਗਈਆਂ ਅਥੈਂਟਿਕ ਹੈਗੀਆਂ ਜਾਂ ਤਾਂ ਕੋਈ ਮੈਨੂੰ ਝੂਠਾ ਸਾਬਤ ਕਰੂਗਾ ਨਹੀਂ ਨਹੀਂ ਕਰ ਰਹੇ ਤਾਂ ਫਿਰ ਸੱਚ ਹੈ ਇਹ ਗੱਲਾਂ ਦੇ ਜਵਾਬ ਵੀ ਤਾਂ ਦੇਣੇ ਪੈਣਗੇ ਨਾ ਹੁਣ ਉਵੇਂ ਇੱਕ ਤੇ ਹੱਥ ਮਾਰ ਮਾਰ ਕੇ ਗੱਲਾਂ ਨਹੀਂ ਹੋਣੀਆਂ ਉਹ ਨਾਲੇ ਉਹ ਜਿਹੜੀ ਫੌਜ ਹੁੰਦੀ ਨਾਲ ਇੱਕ ਤੁਰੀ ਫਿਰਦੀ ਚਾਪਲੂਸਾਂ ਦੀ ਖੁਸ਼ਾਮਦੀਆਂ ਦੀ ਉਹ ਨਹੀਂ ਲੱਭਣੀ ਇਹ ਇਹਨਾਂ ਦੀ ਖੁਰਾਕ ਹੁੰਦੀ ਹੈ ਜਦੋਂ ਇਹ ਨਹੀਂ ਹੋ ਤਾਂ ਉਹ ਕਹਿੰਦੇ ਮੱਝ ਮਰ ਜਾਏ ਤਾਂ ਜੂਆਂ ਆਪੇ ਮਰ ਜਾਂਦੀਆਂ ਤਾਂ ਉਹ ਹੈ ਵੀ ਉਹ ਜੂਆਂ ਦੇ ਨਾਲ ਆ ਤਾਂ ਜੂਆਂ ਵਾਲਾ ਕੰਮ ਸੀ ਜਦੋਂ ਜੂਆਂ ਖਤਮ ਹੈ ਤਾਂ ਮੱਝ ਦਾ ਤਾਂ ਹਾਲ ਇਹ ਹੀ ਹੈ ਉਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਉਹ ਬੰਦੇ ਨੂੰ ਪੰਜਾਬੀ ਹੁਣ ਹੋਰ ਆਉਣ ਵਾਲੇ ਸਮੇਂ 'ਚ ਮੂੰਹ ਲਾਉਣਗੇ ਲਾ ਲੈਣ ਤਾਂ ਚੰਗੀ ਗੱਲ ਇੱਕ ਵਾਰੀ ਵੇਖ ਲੈਣ ਸਵਾਦ ਉਹਦੇ ਵਾਲਾ ਮੈਂ ਤਾਂ ਕੋਈ ਭੁਲੇਖਾ ਨਹੀਂ ਮੇਰਾ ਕੋਈ ਮੈਂ ਕਿਹੜਾ ਉਹਦਾ ਕੰਪੀਟੀਟਰ ਹੈ ਮੈਂ ਕਿਹੜਾ ਨਵਜੋਤ ਸਿੰਘ ਸਿੱਧੂ ਥਾਂ ਤੇ ਲੀਡਰ ਬਣਨਾ ਠੀਕ ਹੈ ਪਰ ਤੁਸੀਂ ਕੁਐਸਚਨ ਕਰਦੇ ਹੋ ਪੰਜਾਬ ਦੇ ਲੋਕਾਂ ਨੂੰ ਮੈਂ ਹਮੇਸ਼ਾ ਦੱਸਣ ਦੀ ਕੋਸ਼ਿਸ਼ ਕਰਦਾ ਜੀ ਕੁਐਸਚਨ ਤਾਂ ਮੇਰੇ ਥੋੜ੍ਹਾ ਹੈ ਕਿ ਮੈਂ ਤਾਂ ਲੋਕਾਂ ਨੂੰ ਉੱਤਰ ਦੇਣਾ ਚਾਹੁੰਦਾ ਪੰਜਾਬ ਦੇ ਲੋਕ ਬਈ ਤੁਸੀਂ ਭੁਲੇਖੇ 'ਚ ਨਾ ਆ ਜਾਇਓ ਜੀ ਸਾਰੇ ਦੇ ਸਾਰੇ ਬਹਿਰੂਪੀ ਹੈ ਅਤੇ ਇਹਨਾਂ ਤੋਂ ਕਿਸੇ ਤੋਂ ਵੀ ਕੋਈ ਪੰਜਾਬ ਦੇ ਭਲੇ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਮੇਰਾ ਲਾਸਟ ਸਵਾਲ ਹੈ ਮਤਲਬ ਕਿ ਤੁਸੀਂ ਆਮ ਆਦਮੀ ਪਾਰਟੀ ਨੂੰ ਵੀ ਟਾਰਗੇਟ ਕਰ ਰਹੇ ਹੋ ਤੁਸੀਂ ਨਵਜੋਤ ਸਿੱਧੂ ਨੂੰ ਵੀ ਕਰ ਰਹੇ ਹੋ ਕਾਂਗਰਸ ਨੂੰ ਵੀ ਕਰ ਰਹੇ ਹੋ ਆਪਣੇ ਡਿਪਾਰਟਮੈਂਟ ਨੂੰ ਵੀ ਕਰ ਰਹੇ ਹੋ ਸਾਰੇ ਪਾਸੇ ਤੁਸੀਂ ਇੱਕ ਦੁਸ਼ਮਣ ਕ੍ਰੀਏਟ ਕਰ ਰਹੇ ਹੋ ਕਾਂਗਰਸ ਦੇ ਵਿੱਚ ਵੀ ਹੈ ਨਾ ਤਾਂ ਤੁਹਾਡਾ ਮਕਸਦ ਕੀ ਹੈ ਅਤੇ ਤੁਸੀਂ ਇਸ ਤਰ੍ਹਾਂ ਸਿੰਗਲ ਹੈਂਡਡਲੀ ਸਰਵਾਈਵ ਕਿੱਦਾਂ ਕਰੋਗੇ ਸਰਵਾਈਵ ਤਾਂ ਮੈਂ ਅੱਜ ਤੱਕ ਕਰ ਰਿਹਾ ਇਹਦਾ ਪਹਿਲਾਂ ਤਾਂ ਤੁਹਾਡਾ ਕੁਐਸਚਨ ਦਾ ਆਨਸਰ ਹੈ 4 ਸਾਲ ਤੋਂ ਇਸ ਚੀਜ਼ ਚੱਲਦੀ ਹੈ ਅਤੇ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਿਹਾ ਇਸ ਕਰਕੇ ਅੱਜ ਨੂੰ ਹੀ ਮੈਂ ਜਾਣਦਾ ਕੱਲ੍ਹ ਦਾ ਮੈਂ ਬਹੁਤਾ ਧਿਆਨ ਨਹੀਂ ਕਰਦਾ ਜਦੋਂ ਕੱਲ੍ਹ ਸੋਚਣ ਲੱਗ ਪਏ ਤਾਂ ਫਿਰ ਉਹ ਬਾਅਦ ਦੀਆਂ ਗੱਲਾਂ ਹੋ ਜਾਂਦੀਆਂ ਜੇ ਲੋਕ ਜਾਗ ਲੈਣਗੇ ਅੱਗੇ ਜਾਗੇ ਹੋਏ ਸੀ ਤਾਂ ਵੋਟ ਪਾ ਕੇ ਲੈਂਦੀ ਨਾ ਆਮ ਆਦਮੀ ਪਾਰਟੀ ਹੁਣ ਆਮ ਆਦਮੀ ਨੇ ਵੀ ਦਿਖਾ ਦਿੱਤਾ ਕੁਛ ਨਾ ਕੁਛ ਚੀਜ਼ ਆਉਣ ਵਾਲੇ ਸਮੇਂ 'ਚ ਕੀ ਹੋਊਗੀ ਇਹਦੇ ਬਾਰੇ ਤਾਂ ਮੈਂ ਕੋਈ ਤਰਕਾਲਦਰਸ਼ੀ ਨਹੀਂ ਹੈਗਾ ਕੋਈ ਜੋਤਸ਼ੀ ਨਹੀਂ ਹੈਗਾ ਕਿ ਕਹਿ ਸਕਾਂ ਪਰ ਲੋਕਾਂ ਨੂੰ ਅਵੇਅਰਨੈਸ ਤਾਂ ਹੋਵੇ ਲੋਕ ਜਾਗਦੇ ਤਾਂ ਹੁਣ ਵੀ ਅਸੀਂ ਘੱਟੋ ਘੱਟ ਇਹ ਲੋਕ ਜਿਹੜੇ ਹੈਗੇ ਆ ਇਹਨਾਂ ਦੇ ਬਾਰੇ ਬੜੇ ਲੋਕ ਕਹਿੰਦੇ ਤੁਸੀਂ ਹਰੇਕ ਬਾਰੇ ਕਹਿੰਦੇ ਹੋ ਸੋਲਿਊਸ਼ਨ ਦਿਓ ਸੋਲਿਊਸ਼ਨ ਤੁਹਾਡਾ ਜਾਗਣਾ ਵੋਟ ਤੁਹਾਡੇ ਕੋਲ ਅਧਿਕਾਰ ਹੈਗਾ ਸਾਰੀ ਜਿਹੜੀ ਹੈਗੀ ਹੈ ਪੋਲੀਟੀਕਲ ਸਿਸਟਮ ਤੁਹਾਡੇ ਸਾਹਮਣੇ ਫੇਲਰ ਹੈ ਠੀਕ ਹੈ ਦੂਜੇ ਜਿਹੜੇ ਸਿਸਟਮ ਸਾਰੇ ਹੈ ਜੁਡੀਸ਼ਰੀ ਹੈ ਆਪਣੇ ਮੀਡੀਆ ਹੈਗਾ ਜਾਂ ਬਿਊਰੋ
ਇਹਨਾਂ ਨੂੰ ਮੈਂ ਕਹਿੰਦਾ ਹੁੰਦਾ ਵੀ ਜਿਹੜੇ ਬੜੇ ਸੋ ਕਾਲਡ ਹੈ ਇਹ ਕੱਢਣ ਨਵੇਂ ਯੰਗਸਟਰ ਨੂੰ ਕਿਉਂ ਇਹੀ ਚਾਹੁੰਦੇ ਵੀ ਪਾਵਰ ਕੱਲ੍ਹ ਨੂੰ ਅਸੀਂ ਕਹਿੰਦੇ ਹੁਣ ਸਾਨੂੰ ਬਣਾ ਦਿਓ ਜੇ ਭਗਵੰਤ ਮਾਨ ਨੂੰ ਲੋਕਾਂ ਨੇ ਬਣਾ ਕੇ ਚਾਲ ਆ ਲਿਆ ਤਾਂ ਫਿਰ ਵਰਿੰਦਰ ਸਿੰਘ ਹੁਣਾਂ ਵੀ ਕੀ ਹੋ ਜਾਊਗਾ ਫਰਕ ਪੈਂਦਾ ਕੱਲ੍ਹ ਹੋ ਸਕਦਾ ਪਾਵਰ ਕਰਪਟ ਕਰਦੀ ਹੈ ਮੈਂ ਉਸ ਤੋਂ ਵੀ ਮਾੜਾ ਸਾਬਤ ਹੋਵਾਂ ਪਹਿਲੀ ਗੱਲ ਤਾਂ ਇਹ ਜਿਹੜੇ ਬਣੇ ਹੋਏ ਹੈ ਇਹ ਕਿਉਂ ਨਾ ਤੁਹਾਨੂੰ ਮਤਲਬ ਡਿਲੀਵਰ ਕਰਨ ਤੁਹਾਡੇ ਇਹਨਾਂ 'ਤੇ ਤਾਂ ਵਾਰ ਕੀਤਾ 4-4.5 ਸਾਲ ਰਹਿੰਦੇ ਨਹੀਂ ਤਾਂ ਫਿਰ ਜੇ ਨਕਾਰ ਕੇ ਗਾਂ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਨਵੇਂ ਫਰੈਸ਼ ਜਿਹੜੇ ਬੰਦੇ ਹੁਣ ਤੱਕ ਦੇ ਐਮ ਐਲ ਏ ਐਮ ਪੀ ਹੈ ਬਿਲਕੁਲ ਵੀ ਜਿਹੜੇ ਹੈਗੇ ਸਾਡੀ ਸਟੇਟ ਦੇ ਕਿਸੇ ਕੰਮ ਦੇ ਨਹੀਂ ਹੈਗੇ ਨਵੇਂ ਯੰਗਸਟਰ ਦੇ ਵਿੱਚੋਂ ਲੀਡਰ ਪੈਦਾ ਹੋਣ ਕੋਈ ਸਾਡੇ ਵਰਗੇ ਜਿਹੜੇ ਕੁਛ ਪੁਰਾਣੇ ਲੋਕ ਜਿਹਨਾਂ ਦੇ ਲੋਕ ਬਾਹਰ ਜੇ ਕਰਦੇ ਆ ਤਾਂ ਉਹ ਠੀਕ ਲੱਗਦੇ ਆ ਅਤੇ ਉਹਨਾਂ ਦੀ ਗਾਈਡੈਂਸ ਲਈ ਜਾਵੇ ਉਹਨਾਂ ਤੋਂ ਠੀਕ ਹੈ ਕਿਉਂ ਆਫਟਰ ਆਲ ਸਿਆਣਾ ਬੰਦਾ ਜਿਵੇਂ ਕਹਿੰਦੇ ਕੋਈ ਸੰਦੂਕ 'ਚ ਪਾਉਣ ਵਾਲੀ ਗੱਲ ਹੋ ਜਾਂਦੀ ਹੈ ਸਿਆਣਾ ਬੰਦਾ ਉਮਰ ਨਾ ਹੁੰਦਾ ਇਹ 'ਚ ਕੋਈ ਸ਼ੱਕ ਨਹੀਂ ਅਸੀਂ ਵੀ ਅੱਜ ਤੋਂ 30 ਸਾਲ ਪਹਿਲਾਂ 25 ਸਾਲ ਪਹਿਲਾਂ ਡਿਫਰੈਂਟ ਸੀਗੇ ਅੱਜ ਲਾਈਫ ਨੂੰ ਕਿਸੇ ਹੋਰ ਪਰਸਪੈਕਟਿਵ ਤੋਂ ਦੇਖਿਆ ਜਾਂਦਾ ਤਾਂ ਏਜ ਫੈਕਟਰ ਜਿਹੜਾ ਹੈਗਾ ਬਹੁਤ ਵੱਡੀ ਗੱਲ ਹੈ ਇਹ ਜਿਹੜੀ ਲਾਈਫ ਦੀ ਯੂਨੀਵਰਸਿਟੀ ਹੈ ਬਹੁਤ ਕੁਝ ਸਿਖਾਉਂਦੀ ਹੈ ਬਹੁਤ ਵੱਡੀਆਂ ਡਿਗਰੀਆਂ ਦਿੰਦੀ ਹੈ ਤੋ ਇਸ ਕਰਕੇ ਇਹ ਲੋਕ ਜਿਹੜੇ ਹੈਗੇ ਜਿਹਨਾਂ ਕੋਲ ਡਿਗਰੀਆਂ ਹੈਗੀਆਂ ਜਿਨ੍ਹਾਂ ਨੇ ਕ੍ਰੈਸ਼ ਹੋਏ ਹੋਏ ਲੋਕ ਹੈ ਜਿਨ੍ਹਾਂ ਨੇ ਸਮਾਜ ਦੇ ਵਿੱਚ ਵਿਚਰ ਕੇ ਇਹਨਾਂ ਇਕੱਠਾ ਕੀਤਾ ਹੋਇਆ ਇਹ ਇਹਨਾਂ ਦੀ ਮੌਤ ਦੇ ਨਾਲ ਸਿਵਿਆਂ ਦੇ ਨਾਲ ਹੀ ਠੰਡਾ ਹੋ ਜਾਊਗਾ ਜਿੰਨਾ ਚਿਰ ਜਿਉਂਦੇ ਉਨਾ ਚਿਰ ਕੰਮਦਾ ਹੈਗਾ ਅਤੇ ਮੈਂ ਇਹੀ ਪ੍ਰੇਰਨਾ ਕਰਦਾ ਸਾਰਿਆਂ ਨੂੰ ਜਦੋਂ ਵੀ ਮਿਲਦੇ ਵੀ ਆਪਾਂ ਕੁਛ ਕਰ ਸਕੀਏ ਅਸੀਂ ਗੁਨਾਹਗਾਰ ਹਾਂ ਅਸੀਂ ਜਿਹੜੀ ਸਟੇਟ ਜਿਹੜੀ ਹੈ ਉਹਦੀ ਬੈਡਸ਼ਿਪ ਦੇ ਜ਼ਿੰਮੇਵਾਰ ਹੈ ਅਤੇ ਜੇ ਅਸੀਂ ਕੁਛ ਆਉਣ ਵਾਲੇ ਸਮੇਂ 'ਚ ਡਿਲੀਵਰ ਕਰ ਸਕੀਏ ਤਾਂ ਜਿਹੜੇ ਯੰਗਸਟਰ ਸਾਡੇ ਹੈਗੇ ਜਿਹਨਾਂ ਦਾ ਕਸੂਰ ਕੋਈ ਨਹੀਂ ਹੈਗਾ ਇਹ ਬੱਚੇ ਜਿਹੜੇ ਹੈਗੇ ਆ ਅਸੀਂ ਇਹਨਾਂ ਵਾਸਤੇ ਬਹੁਤ ਮਾੜਾ ਕੀਤਾ ਇਹਦੇ ਹਾਲਾਤ ਕੁਛ ਇੰਨਾ ਕਿ ਇਹਨਾਂ ਨੂੰ ਗਾਈਡ ਕਰਦੀ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਆਪਣਾ ਫਿਊਚਰ ਠੀਕ ਕਰਨ ਤਾਂ ਕਿ ਜਿਹੜੀ ਉਸ ਤੋਂ ਅਗਲੀ ਜਨਰੇਸ਼ਨ ਪੈਦਾ ਹੋਣੀ ਇਸ ਤੋਂ ਬਾਅਦ ਜਿਹੜੇ ਅਜੇ ਪੈਦਾ ਵੀ ਨਹੀਂ ਹੋਏ ਉਹਨਾਂ ਬਾਰੇ ਮਤਲਬ ਕੁਛ ਸੋਚਣਾ ਤਾਂ ਪਊਗਾ ਨਾ ਜੇ ਕੋਈ ਬਾਣੀਆਂ ਵਪਾਰ ਕਰਦਾ 7 ਪੀੜ੍ਹੀਆਂ ਸੋਚਦਾ ਅਤੇ ਇਹ ਵੀ ਤਾਂ ਇੱਕ ਵਪਾਰ ਹੈ ਥੋੜੀ ਜਿਹੜੀਆਂ ਜਨਰੇਸ਼ਨ ਹੈ ਉਹਨਾਂ ਨੇ ਇਸ ਧਰਤੀ 'ਤੇ ਆਉਣਾ ਅਤੇ ਇਹ ਵੀ ਅੱਜ ਜਿਹੜੇ ਹੈਗੇ ਯੂਥ ਅੱਜ ਬੜੀ ਬੈਡ ਸ਼ੇਪ ਵਿੱਚ ਹੈਗਾ ਅਤੇ ਫਿਰ ਗਾਂਹ ਕਿਵੇਂ ਉਮੀਦ ਕਰ ਸਕਦੇ ਹਾਂ ਸਾਡਾ ਤਾਂ ਇਹਨਾਂ ਨੇ ਮੈਨੂੰ ਗੱਲ ਖਤਮ ਕਰਨ ਲੱਗਿਆ ਵੀ ਸਾਡੀ ਤਾਂ ਜਵਾਨੀ ਵਾਲਾ ਹੀ ਸਿਸਟਮ ਖਤਮ ਕਰ ਦਿੱਤਾ ਮਾਈਗ੍ਰੇਸ਼ਨ ਇਸ ਤਰ੍ਹਾਂ ਦੀ ਹੋ ਗਈ ਸਾਡੇ ਵਿੱਚ ਸਾਡਾ DNA ਇਸ ਟਾਈਮ ਡਿਸਟਰਬ ਹੋਇਆ ਹੋਵੇ ਫਰਟੀਲਿਟੀ ਸੈਂਟਰ ਖੁੱਲ੍ਹ ਗਏ ਠੀਕ ਹੈ ਅੱਜ ਵੇਖੋ ਪੰਜਾਬ ਦੀ ਇਹ ਸ਼ੇਪ ਹੈ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਜਿਹੜੀ ਅਗਲੀ ਤੋਰਨ ਵਾਸਤੇ ਹਸਪਤਾਲਾਂ ਜਾਣਾ ਪੈਂਦਾ ਇਸ ਤੋਂ ਮਾੜੀ ਹਾਲਤ ਕੀ ਹੋਊਗੀ ਸਾਡੀ ਮਤਲਬ ਜਵਾਨੀ ਦੀ ਅਤੇ ਕਸੂਰਵਾਰ ਕਿਸੇ ਹੋਰ ਨੂੰ ਲੱਭਣ ਜਾਈਏ ਵੀ ਪੀਪਲ ਅਸੀਂ ਹੀ ਹੈ ਇਸ ਕਰਕੇ ਦੇਖਦੇ ਹਾਂ ਪਛਤਾ ਤਾਂ ਮੈਂ ਤਾਂ ਆਪਣਾ ਲੱਗਿਆ ਹੋਇਆ ਕਰਨ ਜੀ ਲੱਗਦੇ ਹਾਂ ਉਮੀਦ ਕਰਦੇ ਹਾਂ ਕੁਛ ਲੋਕ ਹੋਰ ਵੀ ਜਾਗਣਗੇ ਜੀ ਧੰਨਵਾਦ ਬਹੁਤ ਬਹੁਤ ਏਸਨ ਬਲਵਿੰਦਰ ਸੇਖੋਂ ਇਹਨਾਂ ਦੀ ਗੱਲ ਤੋਂ ਇਹ ਕੋਟ ਯਾਦ ਆ ਗਿਆ ਲਿੰਕਨ ਦਾ ਕਿ ਪੀਪਲ ਗੈਟ ਦਾ ਗਵਰਨਮੈਂਟ ਦੇ ਡਿਜ਼ਰਵ ਤਾਂ ਇਹਨਾਂ ਨੇ ਲੋਕਾਂ ਦੇ ਸਵਾਲ ਚੁੱਕਿਆ ਕਿ ਲੋਕ ਜ਼ਿੰਮੇਵਾਰ ਨੇ ਅਤੇ ਜਿਸ ਕਿਸਮ ਦਾ ਪੋਲੀਟੀਕਲ ਸਿਸਟਮ ਹੈ ਉਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਐਗਜ਼ਿਸਟਿੰਗ ਸਿਸਟਮ ਦੇ ਵਿੱਤੋਂ ਕੋਈ ਆਸ ਨਹੀਂ ਨਵੇਂ ਯੰਗਸਟਰ ਨਵੇਂ ਲੋਕ ਜਿਹੜਿਆਂ ਕੋਲ ਪੋਲੀਟੀਕਲ ਵਿਲ ਹੋਵੇ ਕੁਛ ਕਾਸਗੁਰਨ ਦੀ ਉਹੀ ਪੰਜਾਬ ਨੂੰ ਬਦਲ ਸਕਦੇ ਨੇ ਜੋ ਇਹਦੀ ਰਿਕੁਆਇਰਡ ਦਵਾਈ ਹੈ ਉਹ ਪੰਜਾਬ ਨੂੰ ਦੇ ਸਕਦੇ ਆ ਤਾਂ ਉਮੀਦ ਕਰਦੇ ਹਾਂ ਕਿ ਇਹ ਸਾਰੇ ਜੋ ਇਹਨਾਂ ਦੀ ਅਵੇਅਰਨੈਸ ਕੈਂਪੇਨ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਰੀਅਲੀ ਕੁਛ ਚੇਂਜ ਹੋਊਗਾ ਇਹਨਾਂ ਵਰਗੇ ਜਿਹੜੇ ਹੋਰ ਲੋਕ ਨੇ ਉਹ ਸਾਹਮਣੇ ਆਉਣਗੇ ਇਸੇ ਤਰ੍ਹਾਂ ਇੱਕ ਨਵੀਂ ਸ਼ਖਸੀਅਤ ਦੇ ਨਾਲ ਫਿਰ ਤੁਹਾਨੂੰ ਮੁਖਾਤਿਬ ਹੋਵਾਂਗੇ ਉਦੋਂ ਤੱਕ ਲਈ ਧੰਨਵਾਦ।